आजा चलिए, किधर चल गए कि मैं कहनी है मेरे पोते नु क्यों कहनी है आजा मर जा मम्म तेरे भाई पति जे कंजर है जेड़ा ने तू अच्छा रोटी लाईया खबरदार हो जिन जो मुंडे नु लेके गई है मेरी गल सुन जाना ना कल्ली निकल जा जा भाग जा देख दिया तेनु पेके किन्ना क चिर पोलियां खवाउंदे ने आ गल कर दे बंबू काट दी कह दे तेरे भरावां नु लेके दे देना मैं तां छड्या करूंगा मेरी गल सुन ले कहोर सारा कुछ दस क्यों जिद तेनु लैण गया मैं भी की करतूतां कर दियां भी मैनु सीधे मुंह नहीं बोलदी हटिया ने साडे मामा तिया नाल क्यों की हो गया बीबी पुछना भाई कुड़ी नु आउंदी नु लग गई अगे आउंदी लग गई गल तां कोई होई हो कामणियां थोड़ी है बिना दिमाग को मैं दा कोई ना सुन ला गल भी सुन ला की गल भाई इना तपया पया तो मेनू देख के नहीं खुश है गे तुसी ले भाई तू तो जो भी आनी आही गल कह देनी है तेन देख के सोरी खुश क्यों नहीं ओ साडे मसा दा एक भैन है गी ना मैं तो थोनू ऐ कहनी हां भाई की गल तुसी मेरी मां नू इना दुखी कर रख्या है की दुखी कर लिया ओ मैला कुछ नहीं कहंदा हैगा आ देख ला छोटा मैं तेनू कही जी ना खेत गल ओही गल होगी तुसी नहीं कुछ कहंदे आ थोड़े तीमिया दे गठ दी जीव लगी होई हैगी कि मैं चावर चावर बोल दिया ने हाँ मैनू ऐ दस्सियो तुसी कुट भुल गए होवोगे मां ने सारी उम्र कुट खा के फिर आपां नू पालिया सी आ तुसी इहदी जिंदगी खराब कर छड्डी हैगी ना आपदे तीमियां नू समझा नहीं सकदे भाई तुसी चुल्हे च बदीन करी रख दिया ने मेरी मां नू इह ਲੈ ਭੈਣੇ ਮੇਰੀ ਗੱਲ ਸੁਣ ਆ ਮਾਂ ਨੂੰ ਹਜ਼ਾਰਾਂ ਵਾਰੀ ਕਹੇਗਾ ਵੀ ਤੂੰ ਕਾਹਨੂੰ ਠੇਡੇ ਖਾਂਦੀ ਫਿਰਦੀ ਰਹਿਣੀ ਹੈ ਕੋਈ ਗੱਲ ਨਹੀਂ ਆਪੀ ਕਰ ਲੈਣੀ ਹੈ ਦੱਸ ਇਹਨੇ ਕੀ ਲੈਣਾ ਚੁੱਲ੍ਹੇ ਚੌਕੇ ਤੋਂ ਚੁੱਲ੍ਹੇ ਚੌਕੇ ਤੋਂ ਕੀ ਲੈਣਾ ਪਰ ਤੁਸੀਂ ਤਾਂ ਭਾਈ ਖੇਤ ਲੈ ਕੇ ਵਗ ਜਾਂਦੇ ਹੋ ਉਹਨਾਂ ਨੂੰ ਹੋਰ ਇਹ ਕੀ ਕਰੇ ਉਹ ਡੰਗਰਾਂ ਦਾ ਤਾਜ ਦੇ ਸਿਰ ਤੇ ਸਾਰਾ ਕੁਝ ਛੱਡ ਰੱਖਿਆ ਸੁੱਖ ਕੇ ਦਿੱਤਾ ਹੋਇਆ ਇਹਨੂੰ ਸਾਰੀ ਉਮਰ ਦਾ ਡੰਡ ਸੋਡਾ ਉਹ ਕੁੜੀਏ ਕਬੀਲਦਾਰੀ ਸਾਰਾ ਕੁਝ ਦੇਖਣਾ ਪੈਂਦਾ ਹੁੰਦਾ ਜੇ ਉਹਨਾਂ ਨੂੰ ਘਰੇ ਛੱਡ ਕੇ ਜਾਣਾ ਫਿਰ ਖੇਤ ਕੰਮ ਨਹੀਂ ਹੁੰਦਾ ਹੈ ਜੇ ਖੇਤ ਨਹੀਂ ਲੈ ਕੇ ਜਾਂਦੇ ਖੇਤ ਲੈ ਜਾਣੇ ਫਿਰ ਘਰ ਦਾ ਨਹੀਂ ਹੁੰਦਾ ਵਿੱਚ ਵਿਚਾਲੇ ਰਹਿ ਜਾਂਦਾ ਸਾਰਾ ਕੰਮ ਨਾ ਭਾਈ ਖੇਤ ਦਾ ਕਰਦੀਆਂ ਨੇ ਸਾਰੀ ਦੁਨੀਆ ਹੀ ਕਰਦੀ ਆ ਮੈਂ ਕਿਹੜਾ ਕਰਾਉਂਦੀ ਨਹੀਂ ਹੈਗੀ ਖੇਤ ਦਾ ਕੰਮ ਆ ਘਰ ਦੇ ਹਾਲਤ ਦੇਖੀ ਕਿਵੇਂ ਟੋਏ ਪਏ ਨੇ ਇੱਥੇ ਮਿੱਟੀ ਫੂਕ ਲਿਆ ਕਰਨ ਟੁੱਟੇ ਨੇ ਉਹਨਾਂ ਦੇ ਲੱਗ ਕੇ ਮਿੱਟੀ ਫੂਕ ਲਾ ਕਰਨ ਲਾ ਦਿਆ ਕਰਨਗੇ ਮਿੱਟੀ ਉਹ ਦੇਖ ਲੈ ਕਿਵੇਂ ਬਿਰਲਾ ਵਿੱਚ ਦੀ ਝਾਕਦੀਆਂ ਨੇ ਕੀ ਝਾਕਦੀਆਂ ਚੁਗਲੀਆਂ ਨਹੀਂ ਕਰਦੀ ਮੈਂ ਤੁਹਾਡੀਆਂ ਮੈਂ ਤਾਂ ਮੂੰਹ ਤੇ ਗੱਲ ਕਹਿੰਨੀ ਡਰਦੀ ਨਹੀਂ ਹੈਗੀ ਮੈਂ ਕਿਸੇ ਤੋਂ ਮੇਰੀ ਗੱਲ ਸੁਣ ਲੈ ਬਈ ਵੱਡਿਆ ਜੇ ਤੋਂ ਨਹੀਂ ਮਾਂ ਸਮਝਦੀ ਮੈਂ ਲੈ ਜਾਨੀ ਆ ਲੈ ਅੱਗੇ ਮੈਂ ਲੈ ਜਾਨੀ ਆ ਬੀਬੀ ਤੂੰ ਬੋਲ ਨਾ ਕੋ ਤੂੰ ਤਾਂ ਵੀ ਗੋਂ ਪੱਥਰ ਜਿਹਾ ਬਣੀ ਬੈਠੀ ਆਂਗੀ ਬੀਬੀ ਕੀ ਬੋਲੇ ਭਾਈ ਪਹਿਲਾਂ ਤੂੰ ਤੇਰੇ ਪਿਓ ਨੇ ਖੁੰਡੇ ਚੱਕ ਲੈ ਤੜਕੇ ਆ ਹੁਣ ਤਪਿਆ ਤਪਾਇਆ ਤੂੰ ਆਇਆ ਖੇਤ ਪੜਾ ਕੇ ਤੋਰਤਾ ਆਉਂਦੀਆਂ ਨੇ ਮਾਵਾਂ ਧੀਆਂ ਨਾਲ ਸਾਡੇ ਨਾਲ ਆਡਾ ਲਾ ਲਿਆ ਮੈਨੂੰ ਤਾਂ ਤਾਪ ਚੜਿਆ ਮੈਨੂੰ ਫਲਾਣਾ ਹੋਇਆ ਮੈਂ ਤਾਂ ਅੰਦਰ ਪੈਣੀ ਆ ਲੈ ਦੱਸ ਮੈਨੂੰ ਕਦੇ ਤਾਪ ਨਹੀਂ ਸੀ ਚੜਿਆ ਭਾਈ ਤੁਸੀਂ ਨਿੱਕੇ ਨਿੱਕੇ ਹੁੰਦੇ ਸੀ ਤਿੰਨੇ ਭੈਣ ਭਾਈ ਹੈ ਖੇਤੋਂ ਵੀ ਆਉਂਦੀ ਤਾਪ ਵੀ ਚੜਿਆ ਹੁੰਦਾ ਕੰਮ ਵੀ ਕਰਦੀ ਸਾਰਾ ਤੇਰੇ ਦਾਦਾ ਦਾਦੀ ਦੇ ਮੂਹਰੇ ਮੈਂ ਹੈ ਇਹ ਇੰਨੀ ਕੁ ਗੱਲ ਨਹੀਂ ਕਹਾਉਂਦੀਆਂ ਵੀਰ ਉਹ ਬੀਬੀ ਮੇਰੇ ਕਿਨੇ ਕੰਨ ਭਰਨੇ ਆ ਹੈ ਉਹ ਤਾਂ ਮੈਂ ਕੱਖ ਵੱਢੀ ਜਾਂਦਾ ਇਹ ਬਾਪੂ ਉੱਥੇ ਵਗ ਗਿਆ ਬਾਪੂ ਨੂੰ ਤੜਕੇ ਵਾਲੀ ਗੱਲ ਦੱਸੀ ਮਾਂ ਬਾਪੂ ਆਹ ਗੱਲ ਹੋ ਗਈ ਨਾਲੇ ਮੈਂ ਕਿਹੜਾ ਉਹਦੀਆਂ ਕੋਈ ਮਿੰਤਾਂ ਕਰ ਲੀਆਂ ਵੀ ਤੜਕੇ ਤੂੰ ਨਾ ਜਾ ਜਾਂਦੀ ਹੀ ਵਗ ਜਾਂਦੀ ਚਮਲਾ ਵਾਲੀਆਂ ਬਾਈ ਤੁਸੀਂ ਤੁਹਾਡੇ ਸਿਰ ਚ ਗਲੀਆਂ ਕਰਨਗੀਆਂ ਉਹ ਮੈਂ ਨਹੀਂ ਚਮਲਾਈਆਂ ਬਾਪੂ ਨੇ ਚਮਲਾਈਆਂ ਨੇਗੀਆਂ ਜਦ ਵੀ ਉਹਦੇ ਪੱਖ ਦੀ ਗੱਲ ਕਰਦਾ ਉਹ ਕੋਈ ਨਹੀਂ ਤੈਨੂੰ ਗਾਹਾਂ ਨੂੰ ਇਹ ਲਾਂਭਾ ਨਹੀਂ ਆਊਗਾ ਕੋਈ ਗੱਲ ਨਹੀਂ ਅਸੀਂ ਆਪੀ ਨਿਗਾ ਰੱਖਾਂਗੇ ਕਿਹੜੀ ਨਿਗਾ ਰੱਖਦੇ ਆ ਤੁਸੀਂ ਬਾਈ ਮੈਨੂੰ ਪਤਾ ਹੀ ਆ ਜਿੱਥੇ ਹੁਣ ਸੁਖਮਣ ਦਾ ਪਿਓ ਆ ਜਾਂਦਾ ਨਾ ਆ ਘਰ ਦੇ ਹਾਲਾਤ ਦੇਖਦਾ ਮੈਨੂੰ ਤਾਂ ਉਹਨੇ ਸਾਰੀ ਉਮਰ ਮੇਰੇ ਮਾਰਨੇ ਸੀਗੇ ਵੀ ਇਹੋ ਜੀ ਨਰਕੀ ਪਰਖੀ ਉਹਨਾਂ ਨੇ ਘਰੇ ਉਹ ਫਿਰ ਹੁਣ ਉਹਨਾਂ ਦੇ ਗਲ ਗੁੱਠਾ ਦੇ ਦਿਆਂ ਮਾਰ ਦਿਆਂ ਉਹਨਾਂ ਨੂੰ ਮੈਂ ਜੇਲ੍ਹ ਵਗ ਜੂ ਜੇਲ੍ਹ ਵਗ ਜੂ ਉਹਨੇ ਕਹਿਆ ਗਲ ਗੁੱਠਾ ਕਿਉਂ ਦੇਣ ਮੇਰੀ ਗੱਲ ਸੁਣੋ ਫਿਰ ਤੁਸੀਂ ਕਹੋਗੇ ਵੀ ਆ ਕੇ ਬੋਲਦੀਆਂ ਨੇਗੀਆਂ ਹੁਣ ਭੈਣ ਜਦੋਂ ਦੀ ਆਈ ਇਹਨੇ ਸਤਨੀ ਚੱਕ ਰੱਖੀ ਹੈ ਅਸੀਂ ਕਿਹੜੇ ਵੇਲੇ ਦੀਆਂ ਉੱਥੇ ਸੁਣੀ ਜਾਂਦੀਆਂ ਜੇ ਫਿਰ ਬੋਲਾਂਗੇ ਤਾਂ ਮਾੜੇ ਵੱਜਾਂਗੇ ਫਿਰ ਸੁਣੀ ਚੱਲੋ ਕਿਸੇ ਨੇ ਕੀ ਕਿਹਾ ਤੁਹਾਨੂੰ ਸੁਣੀ ਚੱਲੋ ਭੈਣੇ ਐ ਨਹੀਂ ਕਰੀਦਾ ਹੁੰਦਾ ਤੂੰ ਪੇਕੇ ਘਰੇ ਆਈਆਂ ਅਸੀਂ ਵੀ ਜਾਣੀਆਂ ਪਰ ਅਸੀਂ ਐ ਜਾ ਕੇ ਜੱਜੂ ਨਹੀਂ ਪਵਾਉਂਦੀਆਂ ਉਹਨੂੰ ਹੁਣ ਤਾਪ ਚੜਿਆ ਪਿਆ ਤੁਹਾਨੂੰ ਵੀ ਪਤਾ ਸੀਗਾ ਚੱਲ ਕੋਈ ਗੱਲ ਨਹੀਂ ਤਾਪ ਹੀ ਚੜਿਆ ਹੋਇਆਗਾ ਗੋਲੀ ਨਹੀਂ ਬੱਜੀ ਹੋਈ ਉਹਦੇ ਗੋਲੀ ਨਹੀਂ ਬੱਜੀ ਤਾਪ ਹੀ ਚੜਿਆ ਸਾਨੂੰ ਕਿਹੜਾ ਤਾਪ ਚੜਦੇ ਨਹੀਂ ਅਸੀਂ ਵੀ ਤਾਂ ਕੰਮ ਧੰਦਾ ਕਰਦੀਆਂ ਭੈਣੇ ਤੈਨੂੰ ਲੱਗੂਗੀ ਤਾਂ ਬਾੜੀ ਕੌੜੀ ਗੱਲ ਐ ਕਰ ਨਾ ਬਾਪੂ ਤੋਂ ਫੜ ਕੇ ਰੱਖਣ ਸਾਡੇ ਦੋਵਾਂ ਦੇ ਮਾਰ ਗੋਲੀ ਅਰੇ ਕੰਮ ਨਹੀਂ ਪੜੂਗਾ ਜੈਸਾ ਅੱਜ ਤੁਹਾਡੇ ਹਾਲਾਤ ਨੇ ਨਾ ਰੱਬ ਗੋਲੀ ਮਾਰੂ ਤੁਸੀਂ ਮੇਰੀ ਮਾਰੂ ਔਖਾ ਕਰਦੀ ਹੋ ਦੇਖੂਗਾ ਤੁਹਾਨੂੰ ਰੱਬ ਕੋਈ ਨਾ ਉਹ ਭਾਈ ਚੁੱਪ ਕਰ ਜਾ ਕਾਦੇ ਵਾਸਤੇ ਤੂੰ ਆਥਣ ਵੇਲੇ ਤੂੰ ਜੂਤ ਖਾਏਂਗੀ ਸਾਥੋਂ ਚੁੱਪ ਕਰਕੇ ਬਾਜਾ ਦਾ ਕੰਮ ਕਰ ਭਾਈ ਮੇਰੀ ਗੱਲ ਸੁਣ ਲੈ ਰਾਜ ਕੋਈ ਲੋੜ ਨਹੀਂ ਭਾਈ ਮੇਰੇ ਪਿੱਛੇ ਲੜਨ ਦੀ ਬਾਅਦ ਚੋਂ ਕਹਿਣਗੀਆਂ ਵੀ ਨੜਦਾ ਸੀ ਉਹਨੇ ਕਲੇਸ਼ ਪਵਾਤਾ ਮੈਂ ਤਾਂ ਤੁਹਾਡੇ ਮੂਹਰੇ ਹੱਥ ਬੰਨੇ ਵੀ ਜੇ ਮੇਰੀ ਮਾਂ ਤਾਂ ਦੁਖੀ ਹੋ ਅਸੀਂ ਵਗ ਜਾਾਂਗੇ ਮਾਵਾਂ ਧੀਆਂ ਇੱਥੇ ਰਹਿਣੇ ਹੀ ਖੁੱਲੀਆਂ ਹੋ ਕੇ ਚਾਹੇ ਆਪਦੇ ਪੇਕਿਆਂ ਨੂੰ ਬੁਲਾ ਲੈਣ ਉਹ ਮੈਂ ਕਹਣਾ ਰਾਜ ਤੜਕੇ ਦੋ ਦੋ ਮਾਰਦਾ ਡੈਂਡ ਕੇ ਇਹਨਾਂ ਨੂੰ ਕੱਢ ਦਨੇ ਯਾਰ ਰੋਜ਼ ਰੋਜ਼ ਦਾ ਸਿਆਪਾ ਤਾਂ ਮੁੱਕ ਜੂਗਾ ਨਾਲੇ ਸੁਣਨੀਆਂ ਨਹੀਂ ਪੈਣੀਆਂ ਕਿਸੇ ਦੀਆਂ ਮੈਂ ਤਾਂ ਉਸ ਮਾਂ ਦਾ ਚੁੱਲਾ ਭਾਈ
देख ला बड़े तेरी बहू नू कहदा ओ पे चूल्हा आप ही पकाओ आप ही खान गया मेरी माड़ी पे चूल्हे ते चढ़दी हैगी। ਬਸ ਠੀਕ ਹੈ ਫਿਰ ਕਰਨਗੇ ਆਪੀ ਉਹ ਜੇ ਚੁੱਲਾ ਨਹੀਂ ਖਾਂਦੀ ਸਰਤੇ ਕਲੀਆਂ ਕਰਦੀਆਂ ਨੇ ਰੋਟੀਆਂ ਪਕਾ ਪਕਾ ਦਿੰਦੀ ਉਹ ਭੈਣੇ ਘੱਟ ਬੀਬੀ ਵੀ ਹੈ ਨਹੀਂ ਇਹਨੂੰ ਕਿੰਨੇ ਵਾਰੀ ਕਿਹਾ ਵੀ ਤੇਰੀ ਨਿਗਾਹ ਦਾ ਪਹਿਲੇ ਨਹੀਂ ਹੈਗੀ ਅੱਖਾਂ 'ਚ ਤੂੰ ਆ ਪੈ ਪੈ ਤੇਰੀ ਨਿਗਾਹ ਹੋਰ ਡਾਊਨ ਹੋਈ ਜਾਂਦੀ ਆ ਇਹ ਕਿਹੜਾ ਮੰਨਦੀ ਹੈ ਕਿਸੇ ਕੰਜਰ ਦੀ ਪਕਾਉਣ ਵੀ ਪਕਾਉਂਦੀਆਂ ਨਹੀਂ ਸਾਰਾ ਦੁੱਧ ਕਿਉਂ ਸਮਾ ਫੇਰ ਰੋਟੀ ਪਕਾਵਾਂਗੀਆਂ ਦੱਸ ਦੁੱਧ ਕਿਉਂ ਅੱਜੇ ਕਿੱਥੇ ਸਮਾਦਾ ਜਵਾਈ ਭਾਈ ਨੇ ਵੀ ਆਉਣਾ ਭਾਈ ਦੱਸ ਹੈ ਮੈਂ ਰੁੱਖੀ ਰੋਟੀ ਕਿਵੇਂ ਖਵਾ ਦੂੰ ਇਹ ਤਾਂ ਹੱਥ ਚੌੜੇ ਕਰ ਦੇਣਗੀਆਂ ਉਹ ਚੰਗਾ ਬੀਬੀ ਤੇਰੇ ਕੋਲ ਤਾਂ ਇਹੋ ਜੀਆਂ ਗੱਲਾਂ ਰਹਿੰਦੀਆਂ ਦੁੱਧ ਕਿਉਂ ਉਹਨੂੰ ਰੱਖਦੇ ਪੇਟੀ ਦੇ ਅੰਦਰ ਜਿੰਦਾ ਲਾ ਕੇ ਚੰਗਾ ਦੁੱਧ ਕਿਉਂ ਤੂੰ ਕੀ ਕਰੇਂਗੀ ਤੂੰ ਇਕੱਲੇ ਦਾ ਮੇਰੀ ਗੱਲ ਸੁਣ ਲੈ ਭਾਈ ਦੋ ਦਿਨ ਮੇਰੇ ਸਾਹਮਣੇ ਤਾਂ ਮੇਰੀ ਮਾਂ ਨੂੰ ਬੋਲਿਆ ਨਾ ਕਰੋ ਤੁਸੀਂ ਦੱਸ ਦਿਨ ਨਾ ਧੋ ਕੇ ਰੋਟੀ ਖਾ ਲਓ ਨਾ ਤੇਰੀ ਤੀਵੀਂ ਕਿਹੜੇ ਮਲਾਂ ਦੀ ਅੰਦਰ ਬੜੀ ਪਈ ਆ ਦੇਖ ਲੈ ਉਹਨੂੰ ਮਰ ਗਈ ਕਿ ਜਾਂਦੀ ਆ ਮੈਂ ਹਾਂ ਦੇਖ ਲੈ ਅੱਜ ਵੀ ਉਹੀ ਕੰਮ ਨੇ ਚਾਰ ਨਹੀਂ ਸਾਰਾ ਦਿਨ ਗੇੜੇ ਦਿੰਦੀ ਰਹੂਗੀ ਨਾ ਤਾਪ ਕੰਮ ਕਰੇ ਨਾ ਸਾਨੂੰ ਕਰਨ ਦਵੇ ਅੱਜ ਦੇ ਲੈ ਸਦਿਆਂ ਵਧੀਆ ਵੇਲੀਆਂ ਹੋ ਗਈਆਂ ਚਾਰ ਰੋਟੀਆਂ ਰਹਿ ਗਈਆਂ ਇਹ ਤਾਂ ਗੱਲ ਹੈਗੀ ਆ ਹੁਣ ਜਦੋਂ ਮੇਰੀ ਗੱਲ ਸੁਣਿਆ ਇੱਕ ਬੰਦੇ ਨੇ ਐਂ ਕਰੀ ਜਾਣਾ ਵੀ ਲੈ ਆ ਮੈਨੂੰ ਕਰਕੇ ਦੇ ਦੋ ਮੈਂ ਕਰੂੰ ਨਾ ਤਾਂ ਕੰਮ ਬਣਦਾਗਾ ਨਾਲ ਤਾਂ ਨਿਗਾਹ ਕੱਢੀ ਪਈ ਆ ਕਿਉਂ ਐਵੇਂ ਟੱਕਰਾਂ ਮਾਰਦੀ ਹੁਣ ਮੇਰੀ ਗੱਲ ਸੁਣ ਤੇਰੇ ਵਾਲੀ ਗੱਲ ਉਹੀ ਕੰਮ ਨੇ ਹਜੇ ਮੈਨੂੰ ਲੱਗਦਾ ਉਹਦੇ 8 ਵਜੇ ਨੇ ਨਿਬੜ ਵੀ ਗਏ ਨਹੀਂ 10 ਵਜੇ ਆਉਂਦੀ ਆ ਤੇ ਨਾਲੇ ਗਾਲਾਂ ਆਪਾਂ ਨੂੰ ਰਾਤ ਮੇਰੀ ਗੱਲ ਸੁਣ ਹੁਣ ਲਾਭੋ ਭੈਣ ਨੇ ਬਥੇਰਾ ਦੇਖਾਏ ਕੀਤਾ ਵੀ ਇਹਨਾਂ ਨੂੰ ਕੁੱਟ ਦੇਣ ਗੱਲ ਕਰ ਬਾਹਰ ਨੀ ਚੱਲੀ ਪਤਾ ਨੀ ਹੁਣ ਤਾਂ ਕਿਵੇਂ ਚੁੱਪ ਕਰ ਗਏ ਕਿਵੇਂ ਨਾ ਨੀ ਮਾਵਾਂ ਤੀਆਂ ਇੱਕੋ ਜੀਆਂ ਨੇ ਕਾਹਨੂੰ ਪੁੱਛਦੇ ਹੋ ਅੱਗੇ ਪੁੱਤ ਨੇ ਉਹ ਵੀ ਮਾਂ ਦੀ ਸੁਣਦੇ ਨੇ ਸਾਡੀ ਤਾਂ ਕਿਤੇ ਕੋਈ ਨਹੀਂ ਸੁਣਦਾ ਭੈਣੇ ਹਾਂ ਪਰ ਐਵੇਂ ਨਹੀਂ ਲੱਗਦਾਗਾ ਰਾਤ ਕਰਮੇ ਬਾਈ ਨੂੰ ਪਤਾ ਜਿਹਾ ਲੱਗ ਗਿਆ ਪਤਾ ਨੀ ਕਿਸੇ ਨੇ ਸਮਝਾਏ ਸੀ ਕੋਈ ਗੱਲ ਤੇ ਬਾਵਾ ਦੇਖ ਬੋਲੇ ਨਹੀਂ ਪੂਰਾ ਖੱਪ ਤਾਂ ਪੂਰਾ ਪਾਇਆ ਸੀ ਸਾਡੇ ਨਾਲ ਅੱਡੇ ਲਾ ਕੇ ਹੱਟੀਆਂ ਫਲਾਨਾ ਵੇਖੜਾ ਸੌ ਕੁਛ ਕਰਦੀਆਂ ਸੀ ਰਾਤ ਮੈਂ ਤਾਂ ਬੁਲਾਇਆ ਹੀ ਨਹੀਂ ਤੇਰੇ ਸਾਹਮਣੇ ਰੋਟੀ ਬਣੀ ਪਈ ਸੀ ਆਪਾਂ ਤਾਂ ਚੱਕ ਕੇ ਫੜਾਤੀ ਵੀ ਚੱਕ ਖਾ ਲੈ ਭਾਈ ਹਾਂ ਉਹ ਫਿਰ ਮਾੜੀ ਮੋਟੀ ਇਹਨਾਂ ਨਾਲ ਆਕੜ ਰੱਖੇ ਫੇਰ ਹੀ ਲੋਟ ਆਉਂਦੇ ਆ ਅਸੀਂ ਤਾਂ ਫਿਰ ਸਿਰ ਹੀ ਚੜਦੇ ਨੇ ਹਾਂ ਹੁਣ ਆ ਪਤਾ ਨੀ ਕਿੰਨੇ ਦਿਨ ਰਹੂਗੀ ਸੱਸ ਮਾਂ ਦੀ ਤੇ ਅਖੇ ਨਣਦ ਦੀ ਕੀ ਹਿੰਮਤ ਹੈ ਵੀ ਕੁਛ ਬੋਲ ਜੇ ਨਹੀਂ ਸਾਡੀ ਤਾਂ ਕੱਲੀ ਕੱਲੀ ਹੈ ਸਾਨੂੰ ਤਾਂ ਬਥੇਰਾ ਪਿਆਰ ਆਵੇ ਪਰ ਜਦੋਂ ਇਹੋ ਜਿਹੀ ਵਿਆਹਤਾ ਕਰਦੀ ਹੈ ਭਰਜਾਈਆਂ ਲੜਾ ਜਾਂਦੀ ਹੈਗੀ ਭਰਾਵਾਂ ਤੋਂ ਕਟਵਾ ਜਾਂਦੀ ਹੈ ਫਿਰ ਭਾਈ ਭੈੜੀ ਲੱਗਦੇ ਹੁਣ ਅਸੀਂ ਵੀ ਤਾਂ ਹੈਗੀ ਹੀ ਆ ਅਸੀਂ ਕਿੰਨਾ ਕੁ ਜਾ ਕੇ ਪੇਕੇ ਕਿਨੇ ਬੋਲਦੇ ਆ ਸਾਡੀਆਂ ਵੀ ਭਰਜਾਈਆਂ ਨੇਗੀਆਂ ਆਪਣੇ ਹੋਰ ਸੁਭਾਅ ਨੇਗੇ ਆਪਾਂ ਤਾਂ ਗੱਲ ਚ ਕਿਸੇ ਚ ਦਾਖਲ ਅੰਦਾਜ਼ੀ ਨਹੀਂ ਕਰਦੀਆਂ ਜਾ ਕੇ ਆਪਾਂ ਨੂੰ ਐ ਹੁੰਦਾ ਵੀ ਦੇਖੀ ਦੋ ਦਿਨ ਆਏ ਆ ਤੇ ਮੇਰੀ ਗੱਲ ਸੁਣ ਆਪਾਂ ਨੂੰ ਆਪਦੇ ਉਹੀ ਗੱਲ ਆ ਭਤੀਜੀ ਭਤੀਜੀਆਂ ਦਾ ਕਿੰਨਾ ਪਿਆਰ ਆਉਂਦਾ ਹਾਂ ਇਹਦੇ ਵਾਕਾਂ ਨੂੰ ਵੀ ਭਜ ਪੈਂਦੀਆਂ ਨੇ ਉਦੋਂ ਕਾਲ ਜਾਂ ਮੱਚਦਾ ਆਪ ਨੂੰ ਤਾਂ ਹਜੇ ਗੱਲ ਸਹੀ ਜਾਂਦੀ ਹੈ ਕੱਲ ਮੁੰਡਾ ਬੋਲਦਾ ਆਖੇ ਮਾਂ ਭੂਆ ਕੁਛ ਨਹੀਂ ਲਈ ਖਾਣ ਨੂੰ ਤੁਸੀਂ ਜਦੋਂ ਜਾਂਦੇ ਹੋ ਤੁਸੀਂ ਤਾਂ ਇੰਨਾ ਕੁਛ ਲੈ ਜਾਂਦੇ ਹੋ ਕਿਧਰੇ ਬਿਸਕੁਟ ਕਿਧਰੇ ਕੁਛ ਮੈਂ ਆਪ ਚੱਲ ਪੋਏ ਕੋਈ ਨਾ ਪੁੱਤ ਤੈਨੂੰ ਅਸੀਂ ਜਿੱਦੇ ਸ਼ਹਿਰ ਜਾਵਾਂਗੇ ਅਸੀਂ ਲਿਆ ਦਾਂਗੇ ਕੀ ਗੱਲ ਹੈ ਸੇਵ ਕੇਲਿਆਂ ਦੀ ਵੀ ਤੇਰੇ ਸੁੱਖ ਨਾ ਭਤੀਜੇ ਭਤੀਜੀਆਂ ਨੇ ਗਿਆ ਕੋਈ ਨਾ ਕੋਈ ਚੀਜ਼ ਤਾਂ ਲਿਆ ਤੂੰ ਖਾਲੀ ਹੱਥਾ ਵੜਦੀ ਹੈਗੀ ਰੱਜੇ ਪੂਜੇ ਕਰਦੀ ਹੈਗੀ ਉਹੀ ਨੰਗ ਬਣੀ ਕਰਦੀ ਹੈ ਉਹ ਬਸ ਤੈਨੂੰ ਪਤਾ ਨਾਲੇ ਸਾਰੇ ਡਰਦੇ ਨੇ ਉੱਥੇ ਆਪਦੀਆਂ ਚਲਾਉਂਦੀ ਹੈਗੀ ਉਹ ਤਾਂ ਨਰਮ ਮਿਲਿਆ ਹੋਇਆ ਉਹੀ ਗੱਲ ਹੈ ਘਰ ਵਾਲਾ ਜੇ ਤਾਂ ਆਪਣੇ ਵਾਲੇ ਵਾਂਗੂ ਹੋਣ ਡਾਂਗ ਚੱਕਣ ਵਾਲੇ ਫਿਰ ਤਾਂ ਲੱਗ ਜੇ ਪਤਾ ਮਾਵਾਂ ਦੀਆਂ ਤੋਂ ਇਹਨਾਂ ਤੋਂ ਉਹ ਵੀ ਡਰਦਾ ਹੈ ਮੇਰੀ ਗੱਲ ਸੁਣ ਲੈ ਕਹਿੰਦੀ ਰੁੱਖਾ ਕਿ ਮੇਰੇ ਤਾਂ ਸੱਸ ਬਾਲੀ ਖਰਾਬ ਹੈ ਵੀ ਤੇਰੀ ਮਾਂ ਜਿੰਨੀ ਤਾਂ ਨਹੀਂ ਖਰਾਬ ਹੈਗੀ ਤੇਰੇ ਤੋਂ ਇਕੱਲੀ ਵੀ ਉਹੀ ਨਹੀਂ ਸੰਭਦੀ ਤੂੰ ਤਾਂ ਕਹਿੰਦੀ ਉਹ ਤਾਂ ਵਿਚਾਰੀ ਰੱਬ ਦੀ ਭਗਤਣੀ ਉਹ ਤਾਂ ਘਰੀ ਨਹੀਂ ਵੜਦੀ ਉਹ ਤਾਂ ਡਰਦੀ ਦੋ ਰੋਟੀਆਂ ਖਾ ਕੇ ਵਿਚਾਰੀ ਤੜਕੇ ਨਿਕਲ ਜਾਂਦੀ ਹੈ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਜਦੋਂ ਜਾਣਿਆ ਕਿੰਨਾ ਤਾਂ ਵਿਚਾਰੀ ਰੋਂਦੀ ਹੁੰਦੀ ਹਾਂ ਫਿਰ ਜੇ ਕਹਿ ਦੋ ਫਿਰ ਇਹਨਾਂ ਦੀ ਮਾਵਾਂ ਧੀਆਂ ਦੇ ਮੂੰਹ ਮੋਟੇ ਹੋ ਜਾਂਦੇ ਨੇ ਚੱਲ ਛੱਡ ਪਰੇ ਆਪਾਂ ਨੂੰ ਕੀ ਆ ਅੱਜ ਆਪਣਾ ਮੇਰੀ ਗੱਲ ਸੁਣ ਆਥਣ ਤੱਕ ਮੈਂ ਨਰਮੇ ਦਾ ਨਿਬੜੀ ਜਾਊਗਾ ਉਹ ਕਹਿੰਦੀ ਸੀਗੀ ਕੱਲ ਹੋ ਗਏ ਜੋ ਚਾਚੀ ਉਹ ਕਹਿੰਦੀ ਸੀ ਕਹਿੰਦੀ ਮੈਂ ਤਿੰਨ ਜਾਣੀਆਂ ਨੂੰ ਹੋਰ ਲੈ ਕੇ ਆਊਂਗੀ ਚੱਲ ਵਧੀਆ ਅੱਜ ਨਿਬੜ ਜੇ ਪਰੇ ਦੋ ਦਿਨ ਪਤਾ ਕੀ ਆਰਾਮ ਕਰ ਲਾਂਗੇ ਬਾਹਲੇ ਚੁੱਕੇ ਪਏ ਆਂਗੇ ਟੂਹੀ ਟੁੱਟ ਜਾਂਦੀ ਐ ਬਸ ਕਿਹੜੇ ਰਾਮ ਨੇ ਰਾਮ ਤਾਂ ਹੀ ਨੇ ਤੈਨੂੰ ਪਤਾ ਹੀ ਐ ਕਰ ਕਰਾਈ ਖੜੇ ਨੇ ਰਾਮ ਤਾਂ ਹੈ ਆ ਹੁਣ ਛੇੜੀ ਤਾਂ ਪਈ ਐ ਸਿੰਜਣੀ ਵੇਖੇ ਮਿੱਟੀ ਲਾ ਲੋ ਕੋਈ ਨਹੀਂ ਲਾ ਲਾਂਗੇ ਮਿੱਟੀ ਦਾ ਇੱਕ ਦਿਨ ਆਰਾਮ ਕਰਕੇ ਪਰਸੋਂ ਲਾ ਲਾਂਗੇ ਜੇ ਅੱਜ ਨਿਬੜ ਗਿਆ ਸਵੇਰੇ ਚੱਲ ਉਹ ਕਰ ਲਾਂਗੇ ਆਰਾਮ ਪਰਸੋਂ ਲਾ ਲਾਂਗੇ ਉਹ ਤਾਂ ਆਪਾਂ ਨੂੰ ਵੀ ਲਾਉਣੀ ਆਪਣਾ ਘਰ ਆ ਦਿੰਦਾ ਹੀ ਐ ਮੈਨੂੰ ਤਾਂ ਰਾਤ ਪੁੱਛਣਾ ਬੜਾ ਹੀ ਬੁਖਾਰ ਹੋ ਗਿਆ ਫਿਰ ਉਹ ਹਰੇ ਪੰਨੇ ਵਾਲੀ ਗੋਲੀ ਪਈ ਸੀ ਇੱਕ ਉਹ ਲਈ ਰਾਤ ਹਾਂ ਉਹਦੇ ਨਾਲ ਤਾਂ ਪੁੱਤਰ ਜਾਂਦਾ ਹਾਂ ਹੋਰ ਲੈ ਮਾਰ ਲੈ ਬੋਲ ਖਾ ਲੈਣਗੇ ਰੋਟੀ ਆ ਜਾਣਗੇ ਆਪੇ ਫੇਰ ਆਖਣਗੇ ਸਾਨੂੰ ਮਾਂ ਕੋਲੇ ਬੈਠਣ ਦੇ ਉੱਤੇ ਬੈਠਣ ਨੇ ਮੈਂ ਥੱਲੇ ਬਾਰੇ ਲੈ ਤੜਕੇ ਲੱਗ ਗਏ ਚੁਗਲੀਆਂ ਕਰ ਭਰੀ ਜਾਣਗੇ ਚੱਲ ਪਕਾ ਚਾਰ ਆਪਾਂ ਤਾਂ ਚੱਲੀਏ ਖੇਤ ਹਾਂ ਆਪੇ ਖਾ ਖੁ ਕੇ ਆ ਜਾਣਗੇ ਦੇਖ ਲੈ ਮਾਂ ਤੜਕੇ ਦੀਆਂ ਲੱਗ ਰਹੀਆਂ ਨੇ ਕੰਮ ਕਰਨ 8 ਵਜੇ ਨੂੰ ਸਾਰੇ ਕੰਮ ਨਿਮੇੜਦੇ ਹੁਣ ਲੱਗ ਰਹੀਆਂ ਨੇ ਰੋਟੀ ਥੱਪਣ ਨਾ ਮੈਨੂੰ ਐ ਦੱਸ ਤੇ ਇੱਥੋਂ ਵੀ ਟਿੱਕੇ ਮੰਜੇ ਤੇ ਬੈਠਿਆ ਨਹੀਂ ਜਾਂਦਾ ਤੂੰ ਨਹੀਂ ਚੁੱਲ੍ਹੇ ਦਾ ਖਿਹੜਾ ਛੱਡਦੀ ਸਾਰਾ ਕੰਮ ਕਰਦੀਆਂ ਨੇ ਤੂੰ ਨਹੀਂ ਆਹ ਕਰਨ ਦਿੰਦੀ ਉਹਨਾਂ ਨੂੰ
ਕਿਹੜਾ ਕਰਦੀਆਂ ਨੇ ਕਮਾਂਦਰਾ ਅਲੱਲਰ ਲਾਉਣੀਆਂ ਰੋਟੀਆਂ ਪਕਾ ਕੇ ਦੇਖ ਲਈ ਸਾਰੇ ਆਟੇ ਦਾ ਸੱਤਿਆਨਾਸ ਕਰਨ ਗਈਆਂ ਐਡੀਆਂ ਐਡੀਆਂ ਮੋਟੀਆਂ ਥੱਪ ਥੱਪ ਸਿੱਟ ਦਿੰਦੀਆਂ ਨੇ ਕੱਚਾ ਆਟਾ ਜਾਏ ਵੱਡੀਆਂ ਸਵਾਹ ਨਾਲ ਲਵੇੜ ਲਵੇੜ ਭੋਰਾ ਨੀ ਪਸੰਦ ਆਉਂਦੀਆਂ ਮੇਰੇ ਤਾਂ ਆਹੋ ਤੈਨੂੰ ਜ਼ਿਆਦਾ ਰੋਟੀਆਂ ਲਾਉਣੀਆਂ ਆਉਂਦੀਆਂ ਨੇ ਉਹਨਾਂ ਨੂੰ ਕਾਹਨੂੰ ਲਾਉਣੀਆਂ ਆਉਂਦੀਆਂ ਨੇਗੀਆਂ ਮੈਨੂੰ ਐਂ ਦੱਸ ਰਾਮਦਾਰੀ ਨਾਲ ਬਹਿ ਕੇ ਅੱਧੀ ਰੋਟੀ ਖਾ ਲਿਆ ਕਰ ਕਿਉਂ ਪੰਗੇ ਲੈਂਦੀ ਫਿਰਦੀ ਰਹਿਣੀ ਆ ਤੂੰ ਉਹਨਾਂ ਨਾਲ ਲੱਭੋ ਮੇਰੀ ਗੱਲ ਸੁਣ ਤੂੰ ਵੀ ਮੇਰੀ ਅੰਮਾ ਨਾ ਬਣ ਮੈਨੂੰ ਵਾਲੀਆਂ ਮੱਤਾਂ ਨਾ ਦੇ ਮੈਨੂੰ ਸਾਰਾ ਪਤਾ ਹੈ ਹੁਣ ਜੇ ਮੈਂ ਚੁੱਲ੍ਹਿਓਂ ਟਲਕ ਕੇ ਬਹਿਗੀ ਵੀਰ ਸਾਰੇ ਕਾਸੇ ਦੀ ਹੜੁੱਲੋ ਮਚਾ ਦੇਣੀਆਂ ਐ ਨਹੀਂ ਪਤਾ ਆ ਗਵਾਂਢੀਆਂ ਨੂੰ ਲੱਸੀਆਂ ਦੇ ਡੋਲੂ ਪਰ ਪਾਰੀ ਫੜਾ ਦੇਣ ਨਾ ਬੌੜੀਆਂ ਬੀਬੀ ਰੋਟੀ ਰੋਟੀ ਬਣ ਗਈ ਜਾਵਾਂ ਖੇਤ ਨੂੰ ਫਿਰ ਮੈਂ ਭਾਈ ਪਕਾਈ ਜਾਂਦੀਆਂ ਨੇ ਮੈਨੂੰ ਲੱਗਦੀ ਆ ਰੋਟੀ ਕਹਿੰਦੀਆਂ ਸੀ ਚੁੱਲ੍ਹਾ ਨਹੀਂ ਛੱਡਦੀ ਅੱਜ ਤਾਂ ਮੈਂ ਚੁੱਲ੍ਹਾ ਵੀ ਛੱਡਤਾ ਆ ਬੈਠੀਆਂ ਦੇਖ ਲਓ ਤੁਹਾਡੀਆਂ ਤੀਵੀਆਂ ਲੱਗ ਰਹੀਆਂ ਜੇ ਤੂੰ ਚੁੱਲ੍ਹਾ ਛੱਡਤਾ ਤਾਂ ਕੰਮ ਵੀ ਛੇਤੀ ਨਿਬੜ ਗਿਆ ਅੱਗੇ 10 ਵਜੇ ਤੱਕ ਤਾਂ ਤੁਸੀਂ ਚੁੱਲ੍ਹੇ 'ਤੇ ਬੈਠੀਆਂ ਹੁੰਦੀਆਂ ਸੀ ਅੱਛਾ ਮੇਰਾ ਚੁੱਲ੍ਹਾ ਛੱਡੇ ਤੋਂ ਕੰਮ ਛੇਤੀ ਨਿਬੜ ਗਿਆ ਫਿਰ ਪਹਿਲਾਂ ਪੈਰ ਉਈ ਮਾਰੀ ਜਾਂਦੀਆਂ ਸੀ ਮਖਤਿਆਰੀ ਸਾਂਭਦੀਆਂ ਸੀ ਤਾਂ ਕਰਕੇ ਓ ਬੀਬੀ ਤੂੰ ਤਾਂ ਨਾ ਉਜੜੀਆਂ ਖੱਟਾਂ 'ਚ ਹੱਥ ਮਾਰਦੀਆਂ ਤੇਥੋਂ ਨਾ ਮੰਜੇ ਦੇ ਬਹਿ ਕੇ ਖਾਧੀਆਂ ਨਹੀਂ ਜਾਂਦੀਆਂ ਮੇਰੀ ਗੱਲ ਸੁਣਾ ਜੇ ਇਹ ਰੁੱਸ ਕੇ ਆਦੇ ਪੇਕੇ ਵਗ ਗਈਆਂ ਨਾ ਤੇਥੋਂ ਕਿਸੇ ਕੁੜਤੇ ਦੇ ਗਦਾਮ ਵੀ ਨਹੀਂ ਲੱਗਣਾ ਚਮੜਾਈਆਂ ਹੋਈਆਂ ਨੇ ਪੇਕੀ ਤਾਂ ਇਹ ਕੀ ਵਗ ਜਾਣ ਗਿੱਟੇ ਕੁੱਟ ਦੋ ਇਹਨਾਂ ਦੇ ਓ ਚੱਲ ਮੇਰੀ ਗੱਲ ਸੁਣਾ ਨਰਮਾ ਆਪਣਾ ਅੱਜ ਦਾ ਰਹਿ ਗਿਆ ਮੈਨੂੰ ਲੱਗਦਾ 4-5 ਵਜੇ ਉਹਨੂੰ ਨਿਬੜ ਜੂ ਅੱਜ ਆਪਣਾ ਅੱਛਾ ਹਾਂ ਚੱਲ ਉਦੋਂ ਬਾਅਦ ਜਾ ਕੇ ਆਪਾਂ ਉਹਨੂੰ ਪੁੱਛ ਲਾਂਗੇ ਆੜਤੀਆਂ ਨੂੰ ਫਿਰ ਜਾ ਕੇ ਛੱਟਿਆ ਆਵਾਂਗੇ ਕੋਈ ਨਾ ਉਹ ਤਾਂ ਬਾਅਦ ਦੀਆਂ ਗੱਲਾਂ ਰਹਿ ਗਈਆਂ ਆੜਤੀਆਂ ਦੇ ਤਾਂ ਲੈ ਜਾਾਂਗੇ ਨਰਮਾ ਨਿਬੜੇ ਤਾਂ ਸਹੀ ਕੇਰਾਂ ਖੇਤ ਚੋਂ ਬਾਈ ਚੱਲ ਤੂੰ ਐ ਕਰ ਰੋਟੀ ਖਾ ਲੈ ਜਾ ਭੱਜ ਆਪਾਂ ਬੋ ਬਣਾਈ ਜਾਂਦੀ ਆ ਛੇਤੀ ਛੇਤੀ ਨਿਬੜੇ ਨਰਮੇ ਦਾ ਕੰਮ ਹਾਂ ਕੋਈ ਨਾ ਤੁਸੀਂ ਨਹੀਂ ਖਾਣੀ ਰੋਟੀ ਨਾ ਮੈਂ ਨਹੀਂ ਹਜੇ ਖਾਂਦੀ ਭੁੱਖ ਜੀ ਤੂੰ ਤਾਂ ਖਾ ਲਾਂਦੀ 4 ਰੋਟੀਆਂ ਕੋਈ ਨਾ ਭਾਈ ਮੈਂ ਤਾਂ ਮੰਗਰੋਂ ਖਾ ਲੂੰਗੀ ਤੁਸੀਂ ਖਾ ਲਓ ਤੁਸੀਂ ਖੇਤ ਜਾਣੇ ਹਾਂ ਬਾਈ ਜਾ ਬਾਈ ਜਾ ਤੂੰ ਖਾ ਲੈ ਆਪਣਾ ਛੋਟਾ ਕਿੱਧਰ ਗਿਆ ਇੱਥੇ ਫਿਰਦਾ ਹੂ ਪਤਾ ਨਹੀਂ ਭਾਈ ਦੇਖ ਲੈ ਬੋਲ ਮਾਰ ਚਲ ਮਾਤਾ ਰੋਟੀ ਖਾ ਕੇ ਫਿਰ ਜਾਣਾ ਖੇਤ ਉਹਨੂੰ ਭੇਜ ਦਿਓ ਚੰਗਾ ਕੋਈ ਨਾ ਵਗ ਜਾ ਤੂੰ ਤਾਂ ਜਾਓ ਠੀਕ ਹੋ ਗਿਆ ਸਾਂ ਮਾਂ ਮੇਰੀ ਗੱਲ ਸੁਣ ਨਰਮਾ ਅੱਜ ਕਹਿੰਦੇ ਨੇ ਨਿਬੜੂ 4 ਵਜੇ ਤੱਕ ਹਾਂ ਫਿਰ 2 ਘੰਟੇ ਇਹਨਾਂ ਤੇ ਕੀ ਕਰਾਉਣਾ ਆਪਾਂ ਨੇ ਐਂ ਕਰ ਮਿੱਟੀ 'ਚ ਪਾਣੀ ਪਵਾ ਲਾ ਸਾਰੇ ਵਿਹੜੇ 'ਚ ਮਿੱਟੀ ਲਵਾਉਣੇ ਇਹਨਾਂ ਤੋਂ ਪਾਣੀ ਕੌਣ ਪਵਾਉਂਦਾ ਮੈਂ ਪਾ ਦੂੰ ਪਾਣੀ ਦੀ ਚਿੰਤਾ ਨਾ ਕਰ ਤੂੰ ਪਾਣੀ ਤਾਂ ਮੈਂ ਪਾ ਦੂੰ ਦੇਖ ਲੈ ਆ ਬਾਈ ਜੀਆਂ ਨੂੰ ਕੱਲ ਮੈਂ ਦੱਸਿਆ ਸੀ ਵੀ ਸਾਡੀ ਮਾਮਾ ਧੀਆਂ ਦੀ ਕਿਵੇਂ ਬੇਇੱਜ਼ਤੀ ਕੀਤੀ ਹੈਗੀ ਪਤਾ ਤਾਂ ਹੁਣ ਲੱਗੂ ਜਦੋਂ ਕੱਢੀਆਂ ਸੂਈ ਦੇ ਨੱਕੇ ਥਾਣੀ ਇਹਨਾਂ ਨੇ ਤਾਂ ਐ ਸੀਗਾ ਵੀ ਲੱਭ ਤਾਂ ਉਹੀ ਭਕਾਈ ਮਾਰਦੀ ਆ ਨਹੀਂ ਕਾਨੂੰ ਇਹ ਸੂਈ ਦੇ ਨੱਕੇ ਥਾਣੀ ਨਿਕਲਦੀਆਂ ਨੇ ਬਾਈ ਹੋਰੀ ਵੀ ਇਹਨਾਂ ਦੇ ਨੇ ਸਾਰਾ ਕੁਛ ਰਲਿਆ ਮਿਲਿਆ ਇੱਕੋ ਹੀ ਐ ਤਾਣੇ ਬਾਣੇ ਇਹਨਾਂ ਦੇ ਕਾਨੂੰ ਕੁਛ ਕਹਿੰਦੇ ਨੇ ਇਹ ਆ ਮੇਰੀ ਗੱਲ ਸੁਣ ਆ ਝੋਟੀ ਐ ਤੇਰੀ ਜਿੱਦੇ ਨੀਰਾ ਪਾਉਣ ਲੱਗ ਜਾਣ ਨਾ ਐਡੀ ਦਰਿਆਂਤ ਕਰਦੀਆਂ ਨੇ ਇਹਨੂੰ ਪਾਣੀ ਛਿੜਕਣਗੀਆਂ ਖਲ ਨਹੀਂ ਪਾਉਂਦੀਆਂ ਲੈ ਦਾਣਾ ਨਹੀਂ ਲਾਉਂਦੀਆਂ ਸੁੱਕੀ ਤੂੜੀ ਪਈ ਹੁੰਦੀ ਹੈ ਝੋਟੀ ਦੇ ਮੂਹਰੇ ਮੈਂ ਤੈਨੂੰ ਦੱਸਿਆ ਹਾਂ ਮੈਂ ਤਾਂ ਕੋਈ ਨਾ ਲੈ ਜੂੰਗੀ ਆਪਦੀ ਝੋਟੀ ਨਹੀਂ 2 ਮਹੀਨੇ ਹੋ ਗਏ ਇਹਨੂੰ ਹਰੀ ਹੋਈ ਨੂੰ ਜਦੋਂ ਇਹਦਾ ਪਤਾ ਲੱਗਣ ਲੱਗ ਗਿਆ ਵੀਰ ਗੱਦਾ ਪੱਟਿਆ ਹੀ ਆਪਦੀ ਉਹਦੀ ਲੈ ਜੀ ਉਹਦੀ ਚੜਾ ਦੂੰ ਮੈਂ ਨਹੀਂ ਛੱਡਦੀ ਆਪਦੀ ਝੋਟੀ ਮੇਰੇ ਤਾਂ ਝੋਟੀ ਦਾ ਸੱਤਿਆਨਾਸ ਮਾਰ ਦੇਣਗੇ ਇਹ ਤਾਂ ਗੱਲ ਮੈਂ ਇੱਥੇ ਦਰਿਆਂਤ ਵੀਰ ਦੇਖੀ ਨਹੀਂ ਜਾਂਦੀ ਮੈਂ ਤਾਂ ਫਿਰ ਜਦੋਂ ਉਹਨਾਂ ਪਰਾਂ ਵਗ ਜਾਂਦੀਆਂ ਨੇ ਭਾਈ ਮੈਂ ਤਾਂ ਬਾਟੀਆ ਦਾਣੇ ਦਾ ਪਰਖ ਲਾ ਦਿੰਨੀ ਹਾਂ ਨਾਲ ਮੇਰੀ ਗੱਲ ਸੁਣਾ ਬਾਈ ਜੀ ਕੀ ਕਹਿੰਦਾ ਸੀ ਨਾ ਇਹਨਾਂ ਦੀ ਮੇਰ ਕਰਦੀਆਂ ਨੇ ਵੀ ਮੇਰ ਕਰਦੇ ਨੇ ਇਹ ਦੇਖੇ ਇਹਨਾਂ ਤੇ ਡੰਗ ਅੱਜ ਮੈਂ ਪਵਾਂ ਨਹੀਂ ਦੇਖ ਲੈ ਜੇ ਲੋਟ ਆਉਂਦੀਆਂ ਨੇ ਮੇਰਾ ਤਾਂ ਕਾਲਜਾ ਮੱਚਿਆ ਪਿਆ ਬਾਈ ਮੈਨੂੰ ਤਾਂ ਬਹੁਤ ਕੁਛ ਬੋਲਦੀਆਂ ਨੇ ਹੈਗੀਆਂ ਤੂੰ ਚਿੰਤਾ ਨਾ ਕਰ ਇਹਨਾਂ ਨੂੰ ਤਾਂ ਮੈਂ ਦੇਖੀ ਤਾਰੇ ਦਿਖਾ ਕੇ ਜਾਂਦੀ ਨਹੀਂ ਮੇਰੀ ਗੱਲ ਸੁਣਾ ਇੱਥੇ ਨਾ ਲੱਭੋ ਗੱਲਾਂ ਮਾਰੀਏ ਜੇ ਤਾਂ 2 ਬੁਰਕੀਆਂ ਖਾਣੀਆਂ ਨੇ ਚੱਲ ਬਾਗ ਚੱਲ ਤੈਨੂੰ ਮੈਂ ਪਾ ਕੇ ਰੋਟੀ ਫੜਾ ਦਿੰਨੀ ਆ ਮੈਂ ਤਾਂ ਆਪਦੀ ਗੁੱਲੀ ਵੀਰ ਮਗਰੋਂ ਆਪ ਥੱਪ ਕੇ ਪਾਉਂਗੀ ਤੇ ਮੇਰੀ ਗੱਲ ਸੁਣ ਓਕੇ ਓਕੂ ਸਾਰਾ ਕੁਛ ਹੁਣ ਹੜੋਲੋ ਮਚਾ ਦੇਣੀਆਂ ਸਾਰੀਆਂ ਉਂਗਲਾਂ ਲਵੇ ਨਹੀਂ ਬੈਠੀ ਜਾ ਤੂੰ ਸਾਹਮਣਾ ਕਿਉਂ ਜਾ ਕੇ ਤੇਰੀ ਸੁਰਤ ਸਾਰੀ ਉਮਰ ਕਿਉਂ ਚੀ ਰਹੂਗੀ ਪਈ ਹੈ ਵੀ ਮੇਰੀ ਸੁਰਤ ਤਾਂ ਚੁੱਲ੍ਹੇ 'ਚ ਪਈ ਹੈ ਮੈਂ ਤਾਂ ਜਾਣੀ ਆ ਇੱਥੋਂ ਕਾਹਨੂੰ ਟਿੱਕੇ ਮੰਜੇ ਤੇ ਬੈਠੇ ਨੇ ਜਾਂ ਬਗ ਜਾ ਮੈਂ ਨਹੀਂ ਖਾਂਦੀ ਰੋਟੀ ਰੋਟੀ ਆ ਜਾ ਝੂਠ ਲੈ 2 ਬੁਰਕੀਆਂ ਪਾ ਦੂੰ ਚੱਜ ਦਾ ਕਿਉਂ ਪਾਉਂਗੀ ਤੂੰ ਰਾਜ ਆ ਪਰਾਂ ਬਹਿ ਕੇ ਖਾ ਲਈ ਮਰ ਖਾ ਲੂੰਗੀ ਚੱਲ ਆਉਣੀ ਆ ਆ ਜਾ ਸਾਰੀ ਉਮਰ ਕਿਉਂ 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 ਕਰਦੀ ਰਹੂਗੀ ਪਤਾ ਨਹੀਂ ਮੇਰੀ ਮਾਂ ਨੇ ਕਿਸ ਵਿਆਹ 'ਚ ਕਿਉਂ ਲੈ ਕੇ ਜਾਣਾ ਨਾਲ ਇਹਨੂੰ ਤਾਂ ਐ ਨਹੀਂ ਹੈਗਾ ਵੀ ਮੇਰੀਆਂ ਨੂੰਹਾਂ ਕਰਦੀਆਂ ਨੇ ਮੈਂ ਮੰਜੇ ਤੇ ਬੈਠ ਕੇ ਖਾ ਕਾਹਨੂੰ ਪਰ ਇਹਨੂੰ ਵੀ ਆਦਤ ਪੈ ਰਹੀ ਆ ਗਾਲਾਂ ਸੁਣਨ ਦੀ ਚੱਲ ਮੈਂ ਤਾਂ 2 ਰੋਟੀਆਂ ਖਾਵਾਂ ਜਾ ਕੇ ਕੁੜੀ ਜੀ ਨਹੀਂ ਹਜੇ ਤੱਕ ਉੱਠੀ ਵੀ ਉਹ ਵੀ ਖਾ ਲਾਂਦੀ ਦੱਸ ਲੈ ਫੜਾ ਦਿਓ ਰੋਟੀ ਜਾਈਏ ਖੇਤ ਨੂੰ ਰੋਟੀ ਤਾਂ ਪਾਈ ਜਾਂਦੀ ਆ ਲੋ ਆ ਚੱਕ ਲੋ ਦਾ ਸੱਚਾ ਪਾਸ਼ਾ ਸਭ ਨੂੰ ਦੇਈ ਆ ਕਿਉਂ ਪਾ ਦੇ ਚਮਾਸਾ ਨਹੀਂ ਕਿਉਂ ਕੀ ਪਾ ਦਾਂ ਹੁਣ ਉਹੀ ਗੱਲ ਬੀਬੀ ਤੋਂ ਗਾਲਾਂ ਦਵਾਏਗੀ ਫਿਰ ਆ ਕੇ ਟੱਪਣ ਲੱਗ ਜੂ ਯਾਰ ਉਹੀ ਗੱਲ ਆ ਤੁਹਾਡੀ ਐਵੇਂ ਬਦਨਾਮ ਕਰੀ ਜਾਂਦੀਆਂ ਰਹਿਣੀਆਂ ਬੁੜੀਆਂ ਨੂੰ ਕਦੋਂ ਕਹਿੰਦੀ ਆ ਵੀ ਉਹ ਕਿਉਂ ਨਾ ਪਾਓ ਲੈ ਭਾਈ ਮੈਂ ਤਾਂ ਲਿਆ ਦਿੰਦੀ ਆ ਐਵੇਂ ਮੁੜ ਕੇ ਫਿਰ ਜਦੋਂ ਗਾਲਾਂ ਦਿੰਦੀ ਆ ਕਿ ਉਦੋਂ ਫਿਰ ਸਾਡੇ ਦੀ ਡਾਂਗ ਚੱਕਦੇ ਹੋ ਤਾਂ ਫਿਰ ਬੋਲ ਕੇ ਐਵੇਂ ਨਹੀਂ ਕਹਿ ਸਕਦੇ ਵੀ ਸਾਡੀਆਂ ਤੀਵੀਆਂ ਨੂੰ ਬੋਲੋ ਨਾ ਜਾਂ ਚੱਕ ਲਿਆ ਕੋਈ ਕਿਧਰੇ ਨਹੀਂ ਕੁਛ ਕਹਿੰਦੀ ਹੈਗੀ ਇੱਥੇ ਕਰੀ ਵੇਚਣ ਨੂੰ ਤਰ ਰੱਖਿਆ ਹੈਗਾ ਖਾਣਾ ਹੀ ਆ ਭੋਰਾ ਕਿਧਰੇ ਨਹੀਂ ਅੱਗ ਲੱਗਦੀ
बदनाम कर दिया बीबी नू हुण कहो बीबी नू भी मैं कहना कोई कहो पिटता सीगा जे उन्हू हाथ ला लिया हाथ लाउण भी देवे बदनाम साडे वर्गियां ने गियां हां तुसी पुठियां ही चलना सारा दिन ऐ गिन के देखो काए जियां सारिआं नू चमचा चमचा पाऊंगी आहा ऐ नहीं पता आ तिन जणिआं नू पाके मुड़के कह दी बीबी नहीं मां इह तां तेरा पुत्ता सी तां तेरीआं नूहां मैं तां उसे नू क्यों पाउंदी सी मैं कहना कोई आप ओही गल है वी शक्कर च चूरी कुट के खाई जांदी आ फिर मेरी गल सुना फिर जे मेरा पुत्ता मैं सारे वंट के क्यों पाउनी आ सोनू भी बराबर दा पाउनी आ जे तां मैं पुत्ता नू वध पाउंदी होवां फिर तां तुसी मैनू आखो मेरी खवा खवा के एडे एडे करे ने वीर फिर रुखियां रोटियां खवाउणगियां सोनू मैं तैनूं दसां मैं तां हुण भोरे भोरे नाल रोज रंगा लाउनी आ भाई होर साडे तां दिमाग खराब ने भाई सानूं कहिंदे साडे मां सारा पकाता नहीं खड़ी हो गड्डी खड़ी हो मैं आप पका के खाऊंगी आपकी गुल्ली नाले पका के दिन आहो मेरे हाथ दी तू कभी खादी नहीं ले पका ला 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 सिटी जानू स्वाद आ बेड़ में सानू कानू लखण है असि तो आटा ही खाने देखी आटा ओ हो आय हाय आ देख अग लगदी सवा किन्ने किन्ने आ काम तो अपने घर ही देखा है मैं और किसे दे नहीं देखा है गल भाई और किसे दे रौला भी नहीं पैंदा अपने पैंदा हथन तड़के ਇਹ ਤੁਹਾਡੇ ਵਰਗੇ ਮਾਗਰ ਲੱਗਦੇ ਨੇ ਜੇ ਤਾਂ ਉਹੀ ਗੱਲ ਆਪਦੀਆਂ ਤੀਵੀਆਂ ਨੂੰ ਮਾਣੇ ਮੋਟਾ ਕਹਿੰਦੇ ਹੁਣ ਆਪਦੀ ਮਾਂ ਨੂੰ ਵੀ ਭਾਈ ਸਾਡੀਆਂ ਤੀਵੀਆਂ ਸਹੀ ਨੇ ਤਾਂ ਮਾਂ ਇਹ ਲੱਛਣ ਨਾ ਕਰੇ ਲੱਗਦੇ ਤਾਂ ਅਸੀਂ ਤੁਹਾਨੂੰ ਬੁਰੇ ਆਂਗੇ ਆ ਤਾਏ ਕੀ ਨੂੰ ਹਾਂ ਕਦੇ ਨੀ ਰੌਲਾ ਸੁਣਿਆ ਤਾਈ ਮੌਜਾਂ ਨਾਲ ਉਹੀ ਗੱਲ ਆ ਪਸ਼ੂਆਂ ਵਾਲੇ ਚ ਬੈਠੀ ਆ ਦੋ ਰੋਟੀਆਂ ਨੇ ਪਕਾ ਕੇ ਦੇ ਫਿਰ ਮਾਂ ਨੂੰ ਹੀ ਕਹੀ ਜਾਂਦਾ ਵੀ ਤੂੰ ਇਹ ਕੰਮ ਨਾ ਕਰਿਆ ਕਰ ਆਈਟੀ ਕੀ ਗੱਲ ਹੈ ਦੱਸ ਇਹ ਕਿਤੇ ਚੱਕ ਕੇ ਲੈ ਜਾਣਾ ਹੈਗਾ ਆਪ ਹੀ ਖਾਣਾ ਹੈਗਾ ਆਪ ਹੀ ਬਣਾਉਣਾ ਹੈ ਮਾਂ ਨੂੰ ਹੀ ਕਹੋਗੇ ਭਾਈ ਤੀਵੀਆਂ ਦੇ ਗੁਲਾਮ ਹੀ ਆਂਦੇ ਨੇ ਗੁਲਾਮ ਬਣੇ ਰਹੋ ਹਾਂ तैनू नहीं जित्या जांदा लोग कहिंदे जग नहीं जित्या जांदा मैनू लगदा अगला जग जित ले पर सस नूं नहीं कदे जित सकदा चल पड़ गए पर टोकरे च चादरे चल चलिए खादे पए ने लंगर झुलस लईए दो बस झुलसन दे तक ले असी आ ਵਿਚੋਂ ਸਕੇਨਾ ਜਾਣਾ ਤਾਂ ਉੱਥੇ ਖਾ ਲਾਂਗੀਆਂ ਫਿਰ ਉੱਥੇ ਵੀ ਖਾਉਂਗੀਆਂ ਇੱਥੇ ਖਾ ਜੋ ਸੱਸ ਤੋਂ ਚੋਰੀਆਂ ਖਾਣੀਆਂ ਨੇ ਵੀ ਜਾਂ ਉੱਥੇ ਭਰੋਂਗੀਆਂ ਬੱਬਰ ਨਾਲੇ ਆਏ ਆ ਵੀ ਅਸੀਂ ਰੋਟੀਆਂ ਨਹੀਂ ਖਾਂਦੀਆਂ ਆਕੜ ਦਿਖਾਉਂਦੀਆਂ ਨੇ ਹੁੱਡੀਆਂ ਤਾਂ ਵਕੀਲਾਂ ਵਾਲੀਆਂ ਜਾਣਦੀਆਂ ਨੇ ਸਾਰਾ ਦਿਨ ਚੁੱਪ ਕਰ ਜਾ ਕਰ ਮਾਤਾ ਚੁੱਪ ਕਰ ਜਾ ਕਰ ਘਰ ਪੱਟ ਦੇਂਗੀ ਤੂੰ ਚੁੱਪ ਕਰ ਜਾ ਚੱਲ ਕੋਈ ਨਾ ਵੀਰ ਮੈਂ ਤਾਂ ਚੁੱਪੀ ਆ ਤੁਸੀਂ ਆਪਦੀਆਂ ਪਗਾ ਲਓ ਹਾਂ ਹੁਣ ਤਾਂ ਘਰ ਮੈਂ ਹੀ ਬੰਨਿਆ ਹੈਗਾ ਅੱਜ ਆ ਗਈਆਂ ਹੀ ਘਰ ਬੰਨਣ ਵਾਲੀਆਂ ਹਾਂਜੀ ਮਾਂ ਕਿਉਂ ਹਾਕਾ ਮਾਰੀ ਜਾਂਦੀ ਤੇ ਉਹ ਲਹਾਈ ਤੇ ਜਾਂਦੀ ਤੇ ਰੋਟੀ ਮੈਂ ਉੱਥੇ ਪੱਖੇ ਥੱਲੇ ਬੈਠੀ ਤੀ ਦੱਸ ਨਹੀਂ ਚੁੱਪ ਕਰਕੇ ਚੱਜ ਨਾ ਰਾੜ ਲੈ ਆਪਦੀਆਂ ਦੋ ਰੋਟੀਆਂ ਨਹੀਂ ਕੱਚੀਆਂ ਪਿੱਲੀਆਂ ਲਾਹੀ ਜਾਂਦੀਆਂ ਨੇ ਸਵਾਹ ਨਾਲ ਲਵੇੜ ਲਵੇੜ ਕੇ ਹਾਂ ਵਾ ਹਾਂ ਮੈਂ ਕਹਿੰਨੀ ਆ ਅੱਜ ਤੇਰੇ ਵਾਲੀ ਅੰਮਾ ਗੁੱਲੀ ਮੈਂ ਨਾ ਖਾ ਲਾਂ ਲੈ ਪੁੱਤ ਤੂੰ ਖਾ ਲੈ ਤੈਨੂੰ ਪਕਾ ਕੇ ਦੇ ਦਿੰਨੀ ਅੰਮਾ ਗੁੱਲੀ ਮੈਂ ਹਾਂ ਮੈਂ ਵੀ ਦੇਖ ਲਾਂ ਵੀ ਕਿੰਨੀ ਕਿ ਸਵਾਦ ਹੁੰਦੀ ਹੈ ਵਾਹ ਸਵਾਦ ਹੁੰਦੀ ਹੈ ਖਾ ਕੋਈ ਮੇਰੀ ਗੱਲ ਸੁਣ ਪਹਿਲਾਂ ਤਾਂ ਕੁੱਡਰਾਂ ਇੱਥੇ ਦੇਖ ਲੈ ਥਾਪਨੇ ਤੇ ਰੋਟੀ ਨੂੰ ਥੱਪਣੀ ਆਉਂਦੀ ਆ ਚੱਕਲਾ ਧਰਕੇ ਬਹਿ ਜਾਂਦੀ ਅੱਗ ਲੱਗਦਾ ਵੀ ਪੱਥਰ ਦਾ ਹੈ ਦੱਸ ਮੈਂ ਤੈਨੂੰ ਤਾਂ ਇੱਥੇ ਲੱਜਤ ਨਹੀਂ ਆਉਂਦੀ ਚਲ ਕੋਈ ਨਾ ਮਾਂ ਤੂੰ ਮੈਨੂੰ ਦੇ ਕੇ ਰੰਮਾ ਗੁੱਲੀ ਨਹੀਂ ਛੱਡ ਪਰੇ ਮੈਂ ਤਾਂ ਆਹੀ ਖਾ ਲੈਣੀ ਆ ਅੰਮਾ ਗੁੱਲੀ ਰੜਦੀ ਐ ਤੂੰ ਇੱਕ ਰੋਟੀ ਪਹਿਲਾਂ ਖਾ ਲੈ ਦਾਲ ਪਾ ਲੈ ਪਾ ਲੈ ਪਾ ਲੈ ਕਿਆ ਆ ਲੈ ਦਾਲ ਪਾ ਲੈ ਉਹ ਖੜ ਜਾ ਮਾਂ ब्लड बद जूगा मेरे ना कोई ना होर पाला 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 ਉੱਥੇ ਕਿਹੜੀ ਸੋਡੀ ਬੁੜੀ ਤੈਨੂੰ ਘਿਓ ਖਾਣ ਦਿੰਦੀ ਐ ਮੈਨੂੰ ਪਤਾ ਉਹਦੀ ਚੰਦਰ ਜੀ ਦਾ ਬਾਰੀ ਸਿਆਰ ਸਾਡੀ ਬੁੜੀ ਤਾਂ ਮਾਂ ਨਹੀਂ ਕਿਹੜੀ ਸ਼ਹਿਰ ਤਾਂ ਚੰਦਰੀ ਵਾਲੀ ਐ ਉਹ ਇੱਕ ਗੱਲ ਆ ਮੈਂ ਉਹਨੂੰ ਚੁੱਲ੍ਹੇ ਤੇ ਲਵੇ ਨਹੀਂ ਲੱਗਣ ਦਿੰਦੀ ਹੈਗੀ ਸਾਰਾ ਕੁਝ ਮੈਂ ਕਰਦੀ ਆ ਇਹੋ ਜਿਹੇ ਸੱਸਾ ਚੰਦਰੀਆਂ ਤਾਂ ਹੋਣ ਨਾ ਪੁੱਛਣਾ ਮੈਂ ਤਾਂ ਤਿੰਨ ਜਵਾਕ ਬਿਆ ਹੈ ਤਿੰਨੇ ਹੀ ਡੰਡ ਲੈ ਮੈਂ ਕਹਿਨੀ ਆ ਤੂੰ ਕੁਮਾਰ ਮਾੜੀ ਧੂਆ ਹੋ ਗਏ ਅੱਦੀ ਦੇ ਫੁੱਟ ਜਾਣਗੇ ਧੂਏ ਨਾ ਮੱਚੀ ਜਾਂਦੀ ਅੱਗ ਤਾਂ ਮੈਂ ਉਹੀ ਧੂਆ ਹੋ ਗਿਆ ਹਵਾ ਚੱਲੀ ਜਾਂਦੀ ਆ ਚੱਲ ਹੁਣ ਦੇਖ ਲੈ ਅੱਗੇ ਅਸੀਂ ਤਾਂ ਖੇਤ ਜਾ ਕੇ ਰੋਟੀਆਂ ਖਾਵਾਂਗੇ ਮੁੰਡੇ ਦੇ ਸਾਹਮਣੇ ਰੋਟੀ ਨਹੀਂ ਖਾਦੀ ਅਸਿਆ ਚੰਗ ਚੰਗੇਰਾ ਖਾਂਦੀਆਂ ਨੇ ਲੁੱਲੋ ਮਚਾ ਮਚਾ ਵੀ ਇਹ ਬੁੜੀ ਤਾਂ ਹੋ ਜੇ ਪਰ ਦੁੱਧ ਕਿਉਂ ਅਸੀਂ ਖਾਈਏ ਸਾਰਾ ਕੁਝ ਚੱਲ ਕੋਈ ਨਾ ਮਾਂ ਤੂੰ ਵੀ ਨਾ ਬੜਾ ਸਿਰੇ ਜਾਇਆ ਕਰ ਜਿਹੜਾ ਕੰਮ ਕਰਦੀਆਂ ਨੇ ਕਰ ਲੈਣ ਦਿਆ ਕਰਨ ਦੇ ਬਾਕੀ ਜਿਹੜਾ ਰਹਿੰਦਾ ਤੂੰ ਕਰ ਲਿਆ ਕਰ ਫਿਰ
कल मेरी मां दी ते मेरी भैन दी बेइज्जती कीती है तीमिया कनी दे हो गए कंजर तू ता कल देखा भी रोज का यही हाल है मेरे नाल कंजर खाना कह दिने हो तुसी भी मां बोलदी है खानी मां भेड़ी है कोई ना मां तू चिंता कदों कर दिया मैं हैगी हूं रे चार पांच दिन च देखे ने दे बट कड के जाऊं मैं कड दे जे बट ने कदे नहीं किसे लोट है ना अरे जड़े चंबलियां पियां ने इन्हां नूं मई लोट करके जाऊं आ फिर आई कर रोटी खा ले रोटी खा के ती बन के चल फिर पा मिट्टी च मिट्टी च पानी इन्हां नूं आए नहीं हैगा भी अज मैं रात नूं सौण दे दूं हरामण ते सारे बेड़े च मिट्टी लवाऊं कोई ना भावें 10 बज जाण लगी रही ना थले जी देख ला माड़ी जी अग आगी तुसी इहदे च लकड़ा चज्ज नाल फूक लो जमीन तुरे जांदा हैगा गोडे तुरे गए ऐ नहीं मेरे साले नूं भी आप कर लैण कुछ नाल लग के करवाना पैंदा राणी नहीं राणी ओ चाह पानी गार दे मैनू हां अंदर ही बड़ी है आ जा ऐ नहीं पता भी बजे पए ने 10 भी इस वेले मैं चाह पीना ले फड़ तैनू सुरत नहीं हैगी कदों दा बैठा मैं उरे बे सुरत तां मैनू सारी है पर मेरी तां सुरत ना डंगर पशुआं ने मार के तू किथे निकले थी हुण निकल नु मैं की बलायत बह गया है खेत गया तीगा उन्होंने तो सूर नहीं अपने जबाखा जानू खेत का तेरा कोई काम है नहीं काम तेरा करे है डंगर पशु माड़ा मोटा उरा परा कर दिया कर खुलिया जहा थमा मेरी गल सुन ला तू की कर दिया करे है बेलिया नहीं हैगी खा खा टठे वर्गी होगी तेनू ऐ भी नहीं पता भी मैं डंगर पशु रा परा करने है बे मेरा तो होर ही नहीं मुकदा रुट जाने चुले का ही वादू है मेनू और चुले का केड़ा दो रोटियां तो तू लाउनी है सारा दिन बेली मजा ही तोड़ दिया है मेरी गल सुन तू गिणके खाना जो खाना चिड़के खाना चिड़के तो जे खाते थी ता ही कमाइया कर देती किड्डा बना के देता तेन राज दरबार आ हां तेन की सूरत है नहीं तू सोनू कासे दौर बे फिर की लोड़ा आ गया जे तो घर बनाता दुनिया ही बनाउंदी है रुट जाना देवेगा किनू होर ले जाके मेरी गल सुन ला दुनिया तो बनाउंदी है दुनिया को इना पैसा नहीं जिन्ना मैं जमा करता है सारा दिन दिन रात खेत च मरदा रहा मैं मैनू नहीं पता हाँ। होना पैसा मैनू तो गरीबी जी कड़ा है आ टूटियां चप्पलां कदे चज दियां चप्पलां नहीं लिया के दित्या आही एक चुन्नी तैनू मैं मेरे पेके तो लई तैनू मैं कितै हुण ना लिया ना ओरे चप्पलियां तैनू की पता है आ माड़ियां ना कितै मेरी गल सुन ला 6 महीनियां पिछों मिलदियां थी सानू हाड़ी सोहणी है तैनू मिल जांदियां ने तुसीं महीने बाद तो तोड़ के कहिंदे टुट गईयां मेरी गल सुन ला मेरे घरों तेनू की नहीं जुड़िया है कहे जे तां सूट पाउण लाती तू है की नहीं हैगा तेरे कोल किते साल बाद एक सूट लिया देना ओही गीत बना लेना सूट लिया ता सूट लिया ता मेरे सर दी केरा की लियाई चप्पलियां उथों मेरे सामने नंगा दित्ता की तेनू उन्होंने एक चप्पलियां दबातियां होर की है बे सारा कुछ मेनू तो ओही दिंदे ने कपड़ा भी लीड़ा भी मका दे गल क्यों कौन तू भी उथों आंदा रहा हुण तू बड़ा बादशाह बन गया बादशाह नहीं तुसी तां बैठकां भरखियां ने कपड़िया दियां नाले भरखे ने जोड़े है इन्नियां इन्नियां जुत्तियां दा तुसी करोगे की साल समाही पिछों जाना हुंदा रिश्तेदारी च बे रिश्तेदारी दा साल समाही पिछों जाना हुंदा मैं कहिंदा रोज कहिंदी आ पर घरे तां पौणियां बंदियां आ देख ले टुट्टियां ने की कहूँ अगला देख के चल मेरी गल सुन ला हुण हुण तू बग जा उरे मैनू पी के चाह 10 मिंट ढूही सिद्धी कर लैंदे खेतों आया मरदा ਉਹ ਤਾਂ ਆਪ ਮੇਰੇ ਸਾਹ ਨੂੰ ਕੁਛ ਨਹੀਂ ਸੂਰ ਉਹਨਾਂ ਨੂੰ ਵੀ ਕਹਿ ਕਹਾ ਕੇ ਕਰਾਉਣਾ ਪੈਂਦਾ ਖੇਤੀ ਦਾ ਵੇ ਤੂੰ ਖੇਤ ਜਾਂਦਾ ਕੀ ਕਰਨਾ ਜਵਾਖ ਆਪੀ ਸਾਮ ਲੈਣਗੇ ਨਾ ਤੇਰੇ ਵਾਲੀ ਖੇਤੀ ਹੁਣ ਨਹੀਂ ਕੰਮ ਆਉਂਦੀ ਉਹਨਾਂ ਦੇ ਮੇਰੀ ਗੱਲ ਸੁਣ ਲੈ ਸਾਡੇ ਵਾਲੀ ਖੇਤੀ ਦੀ ਕੀ ਰੀਸ ਕਰਨਗੇ ਉਹ ਅਸੀਂ ਤਾਂ ਕਿੱਲਿਆਂ ਦੇ ਕਿੱਲੇ ਹੱਥੀ ਬਾਤ ਦੇ ਤੀਏ ਮੇਰੀ ਗੱਲ ਸੁਣ ਲੈ ਦੇਖ ਲੈ ਕਿੰਨੀ ਤਾਂ ਕਣਕ ਵੜ ਦਿੰਦੇ ਤੁਸੀਂ ਵੇ ਹੋਰ ਤੈਨੂੰ ਕੀ ਕਹਿੰਦੀ ਆ ਵੀ ਹੁਣ ਮਸ਼ੀਨਰੀ ਦਾ ਯੁੱਗ ਹੈ ਤੇਰੇ ਵਾਲਾ ਯੁੱਗ ਨਹੀਂ ਰਿਹਾ ਤੇ ਕਹਿ ਰਿਹਾ ਕਰ ਹੁਣ ਤੂੰ
मेरी गल सुन ला, हुण तू जावेगी का नहीं तौड़ी ना लहा ली, मेरी गल सुन ला, जोड़ा देख ला तू कहा जाए। हाँ तेरा सारी उम्र आही ना मुक्या, आही कंजर खाने बतेरे हड बोदे करते, हुण ते शर्म मान ले माड़ी वोटी, हड बोदे हो जे हुंदे ने किते हड बोदे, होर की आ देखता सही कहीं जीता तू पईया। बाबा करिया आजा आजा, लगे लगे से इत्थे बैठा मैं, इधर आजा। आ गया बाबा, आ गया आ गया। और बाबा तकड़ा है? तकड़े हां, तेनू दिशा नहीं थी मैं। हां और अंबो कैसे? अंबो ठीक है, तेरी अंबो किथे बैठन ने दिया भाई बैठक चा, वो तो उरे डाउंदिया मज्जा। चल कोई ना, और किवें आ गया थी? ओ मैं तां बाबा आया सीगा, कल अपनी गुड्डी आई सी। अच्छा ते ओनू आउण लगे ना सिमरो भुआ मिली सीगी। अच्छा गुड्डी अपनी है? हां ते ओने स्नेहा लायागा, ओना दे ना बड़ा क्लेश पै रिया करे। अच्छा ते माड़ा मोटा बिड़क लियांदे जाके गेड़ा गुड़ा मारदे रहा करो। गुड्डी नूं इधर ही भेज दिंदा, ओह तो पुछ लैंदे वी किवें की गल हो गई थी सारी। आउणा तां गुड्डी नहीं सीगा, आ परौणा तड़के काली करन लग गया, ओह तां साजरी निकल गए। अच्छा हां ते सिमर भुआ कहिंदी सी माड़ा स्नेहा जिहा ला दिओ ते मारिओ गेड़ा। बड़ा काला स्नेहा, ओह तां अंबो माड़ा जिहा उत्थे क्लेश पै रिहा हैगा, इहनूं कानूं दसणा तीता है। हाए मैं मर जां, ਕਾਹਦਾ ਕਲੇਸ਼ ਪੈ ਗਿਆ ਹੁਣ? ਕੋਈ ਕਲੇਸ਼ ਨਹੀਂ ਪਿਆ ਹੈਗਾ, ਤੂੰ ਟਿਕ ਕੇ ਬਹਿ ਜਾ, ਤੈਨੂੰ ਪਤਾ ਨਹੀਂ ਹੈਗਾ ਗੱਲ ਦਾ। ਮੈਂ ਪਤਾ ਕਿਉਂ ਨਹੀਂ, ਜੇ ਦੱਸੇਗਾ ਫੇਰ ਹੀ ਪਤਾ ਲੱਗੂ, ਖਬਰੇ ਮੇਰੀ ਧੀ ਨਾਲ ਕੀ ਗੁਜ਼ਾਰਾ ਹੋਊਗਾ। ਮੇਰੀ ਗੱਲ ਸੁਣ ਲੈ, ਜਿੱਥੇ ਦੋ ਭਾਂਡੇ ਹੁੰਦੇ ਨੇ ਖੜਕਦੇ ਹੁੰਦੇ ਨੇ ਉਹ ਹੈ, ਬਸ ਦੇ ਘਰਾਂ 'ਚ 100 ਵਾਰੀ ਲੜਾਈਆਂ ਹੁੰਦੀਆਂ ਹੁੰਦੀਆਂ ਨੇ। ਮੈਂ ਭਾਂਡੇ ਤਾਂ ਖੜਕਦੇ ਹੁੰਦੇ ਨੇ, ਭਾਂਡੇ 'ਚ ਚਿੱਬ ਪੈ ਜਾਣੀ ਤੇ ਫੇਰ ਕੀ ਕਰੂ ਕੋਈ? ਲਾਹ ਦੇਖ ਲੈ, ਪੁੱਠਾ ਬੋਲੂਗੀ ਜਦੋਂ ਵੀ ਬੋਲੂ। ਮੈਨੂੰ ਪਤਾ ਹੈ ਉਹ ਪਰੌਣਾ ਜਿਹਾ ਹੈ ਨਹੀਂ ਕੰਮ ਦਾ, ਆਪਦੀ ਮਾਂ ਦੇ ਮਗਰ ਲੱਗਦਾ, ਉਹੀ ਮੇਰੀ ਧੀ ਦੇ ਹੱਡ ਤੋੜ ਕੇ ਧਰ ਦੂ। ਕੋਈ ਨਹੀਂ ਸ਼ੇਰਾ, ਆਪਾਂ ਐ ਕਰਾਂਗੇ, 2 ਕੁ ਦਿਨ ਉਹਨੂੰ ਜਾ ਕੇ ਆਵਾਂਗੇ ਕੁੜੀ ਲਵੇ, ਨਾਲੇ ਕੇਲੇ ਫਲੀਆਂ ਲੈ ਜਾਵਾਂਗੇ, ਖਾਸਾ ਟਾਈਮ ਹੋ ਗਿਆ ਗਏ ਨਹੀਂ ਆਪਾਂ ਉਹਦੇ ਕੋਲੇ। ਕੋਈ ਗੱਲ ਨਹੀਂ ਬਾਬਾ ਚੱਲੋ। ਕਹਿੰਦਾ 2 ਕੁ ਦਿਨਾਂ ਨੂੰ ਜਾ ਕੇ ਆਵਾਂਗੇ, ਕੁੜੀ ਤਾਂ ਅੱਜ ਮਰਦੀ ਹੈਗੀ, ਖਬਰੇ ਕੀ ਕਰਦੇ ਨੇ ਉਹਨੂੰ। ਬੇ ਬਗ ਚੱਲ ਅੱਜ, ਅੱਜੇ ਬਗ ਚੱਲ, ਮੇਰੇ ਮੇਰੇ ਹੱਥ ਬਣਾ ਲੈ। ਇਹ ਕਿੱਥੋਂ ਲਾਤਾ ਉਹ ਰੇਡੂਆ, ਹੈ ਮੇਰੀ ਗੱਲ ਸੁਣ ਲੈ, ਘਰਾਂ 'ਚ 100 ਵਾਰੀ ਲੜਾਈ ਹੁੰਦੀ ਹੁੰਦੀ ਆ ਰਾਣੀ, ਤੂੰ ਦਿਮਾਗ ਤੋਂ ਕੰਮ ਲੈ ਲੈ, ਅੱਜ ਲੜ ਪਏ ਕੱਲ ਨੂੰ ਉਹੇ ਜੀ ਹੋ ਜਾਣਗੇ, ਪਰ ਉਹਨੇ ਦੇ ਮਾੜਾ ਮੋਟਾ ਖਾ ਪੀ ਲਿਆ ਹੋਊਗਾ ਕੁਛ। ਹਾਏ ਨਾ, ਉਹ ਤਾਂ ਰੋਜ਼ ਦੀ ਖਾਂਦਾ ਪੀਂਦਾ ਨਾ ਬਈ, ਚਾਹੇ ਖਾਵੇ ਪੀਵੇ ਨਾ ਚਾਹੇ ਖਾ ਲੇ, ਪਰ ਉਹਦੀ ਮਾਂ ਉਂਗਲੀ ਲਾਉਂਦੀ ਹੈਗੀ, ਮੈਨੂੰ ਤਾਂ ਪੱਕਾ ਪਤਾ। ਐ ਨਹੀਂ ਪਤਾ ਕੁੜੀ ਆ ਰਹੀ ਹੋਵੇ, ਫਿਰ ਤਾਂ 2 ਮਾਵਾਂ ਧੀਆਂ ਰਲ ਕੇ ਜਮੀਨ ਪੱਟੀ ਬੰਨਣ ਦਿੰਦੀਆਂ ਉਹ। ਤੂੰ ਭੱਗ ਚੱਲ, ਲੈ ਚੱਲ ਮੈਨੂੰ, ਮੈਨੂੰ ਤਾਂ ਨਾ ਹੁਣ 1 ਮਿੰਟ ਕੱਢਣਾ ਔਖਾ ਹੋ ਰਿਹਾ, ਕੇਰਾ ਮੇਰੀ ਧੀ ਦਾ ਮੂੰਹ ਦਿਖਾ ਲਿਆ ਮੈਨੂੰ ਲਿਜਾ ਕੇ। ਅੰਬੋ ਇੰਨਾ ਚਿੱਤ ਔਖਾ ਨਾ ਕਰ, ਬਾਬਾ ਸਹੀ ਕਹਿੰਦਾ, ਨਾਲੇ 1-2 ਦਿਨਾਂ ਨੂੰ ਗੱਲ ਠੰਡੀ ਪੈ ਜੂ, ਐਵੇਂ ਤੱਤੇ ਕੋ ਜਾ ਕੇ ਗੱਲ ਵੱਧ ਜਾਂਦੀ ਆ, ਨਾਲੇ ਭੂਆ ਨੇ ਕਿਹੜਾ ਇੱਥੇ ਰਹਿਣਾ, ਰਹਿਣਾ ਤਾਂ ਭੂਆ ਨੇ ਉੱਥੇ ਹੀ ਆ। ਛੇਰਾ ਤੂੰ ਸਹੀ ਗੱਲ ਕਹਿੰਦਾ, ਇਹ ਤਾਂ ਤੇਰੀ ਅੰਬੋ ਨੂੰ ਤਾਂ ਪਤਾ ਨਹੀਂ ਹੈਗਾ, ਇਹ ਤੋਂ ਤਾਂ ਅੱਡੇ ਲਵਾ ਲਓ ਜਿੰਨੇ ਮਰਜ਼ੀ, ਹੈ ਇਹਨੂੰ ਐ ਨਹੀਂ ਪਤਾ ਵੀ ਅੱਜ ਜਾਵਾਂਗੇ ਕੰਮ ਖਰਾਬ ਹੋ ਜੂ। ਚੱਲ ਮੇਰੀ ਗੱਲ ਸੁਣ ਛੇਰਾ, ਆਪਾਂ ਚੱਲਾਂਗੇ ਤੜਕੀ ਸੰਦੇਹੀ, ਹੈ ਤੇਰੇ ਵਾਲੀ ਮਸ਼ੀਨਰੀ ਲੈ ਜਾਵਾਂਗੇ ਸਮਝ। ਉਹ ਬਾਬਾ ਮਸ਼ੀਨਰੀ ਦੀ ਕੀ ਗੱਲ ਕਰਦਾ, ਨਾਲੇ ਬੰਦਾ ਬੰਦੇ ਦੇ ਕੰਮ ਆਉਂਦਾ, ਜਦੋਂ ਕਹੇਗਾ ਚੱਲ ਵੜਾਂਗੇ। ਉਹ ਤਾਂ ਠੀਕ ਆ ਸੇਰਾ, ਜੇ ਮੈਨੂੰ ਤੇਰੇ ਤੇ ਮਾਣਤੀ ਮੈਂ ਤੈਨੂੰ ਤਾਂ ਹੀ ਸਵਾਲ ਪਾਤਾ, ਹੈ ਨਹੀਂ ਕਹੂ, ਕੋਈ ਨਹੀਂ ਕਹਿੰਦਾ ਹੁੰਦਾ ਕਿਸੇ ਨੂੰ। ਉਹ ਤਾਂ ਠੀਕ ਹੈ ਤੇਰੀ ਗੱਲ, ਮੇਰੀ ਗੱਲ ਹੋਰ ਸੁਣ ਲੈ, ਤੂੰ ਕਿਸੇ ਕੋਲੇ ਗਾਹਾਂ ਭਾਫ ਨਾ ਕੱਢਦੀ ਗੱਲ ਦੀ। ਓਹੋ ਬਾਬਾ, ਕੁੜੀ ਕਤਰੀ ਦੀ ਗੱਲ ਵੀ ਕਰਨ ਵਾਲੀ ਹੁੰਦੀ ਹੈ, ਨਾਲੇ ਆਪਣਾ ਕਿਹੜਾ ਕੁਛ ਵੰਡਿਆ ਨਾਲੇ। ਸੇਰਾ ਜੁੱਗ ਮਾੜਾ, ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ, ਖੰਭਾਂ ਦੀਆਂ ਡਾਰਾਂ ਬਣ ਜਾਂਦੀਆਂ ਹੁੰਦੀਆਂ ਨੇ ਸਮਝ ਇਹ ਗੱਲਾਂ ਦੀਆਂ। ਹੈ ਤਾਂ ਠੀਕ ਹੈ, ਤੂੰ ਕਿਸੇ ਗੱਲ ਦੀ ਫਿਕਰ ਨਾ ਕਰ, ਆਪਣੀ ਘਰ ਦੀ ਗੱਲ ਹੈ ਇਹ। ਬਸ ਠੀਕ ਹੈ ਫਿਰ, ਹੈ ਚਾਹ ਪਾਣੀ ਦੱਸ ਫਿਰ। ਨਾ ਨਾ ਬਸ ਮੈਂ ਚੱਲਿਆ, ਜਾਂਦਾ ਤੂੰ? ਹਾਂ ਜਦੋਂ ਜਾਣਾ ਹੋਇਆ ਮੈਨੂੰ ਦੱਸ ਦੀ। ਹੈ ਦੇਖ ਲੈ ਪੀ ਲੈ। ਨਾ ਨਾ ਬਸ ਬਸ ਬਸ, ਹੈ ਹੁਣੇ ਪੀਤੀ ਆ ਮੈਂ ਵੀ। ਨਾ ਨਾ ਬਸ ਕਰੋ, ਪੀ ਕੇ ਆਇਆ ਸੀ ਮੈਂ। ਚਲ ਇਹ ਵੀ ਦੇਖ ਲੈ, ਹੈ ਬੜਾ ਮਾੜਾ ਕੰਮ ਹੋ ਗਿਆ। ਮੈਨੂੰ ਐ ਦੱਸ, ਆ ਅਕਲ ਸਾਰੀ ਤੈਨੂੰ ਹੀ ਆ ਗਈ, ਸਾਡੇ ਵਾਸਤੇ ਤਾਂ ਬਚੀ ਹੋ ਨਹੀਂ ਨਾ। ਕੀ ਗੱਲ ਹੋ ਗਈ ਹੋਣ? ਹੋਣ ਆ ਗਈ ਦੀ, ਆ ਮੇਰੀ ਕਿਵੇਂ ਹੱਥਕ ਕਰ ਲੱਗ ਰਿਹਾ ਜਵਾਕ ਦੇ ਸਾਹਮਣੇ, ਸ਼ਰਮ ਨਹੀਂ ਆਈ ਮੇਰੇ ਵੱਡੀ? ਤੈਨੂੰ ਹੱਥਕ ਨੂੰ ਮੈਂ ਕੀ ਕਹਿਤਾ, ਜਿਹੜੀ ਗੱਲ ਆ ਉਹੀ ਕਹੀ ਆ। ਹੈ ਕਿਉਂ, ਕੀ ਗੱਲ, ਕੀ ਵਿਗਾੜਦਾ ਤੇਰਾ ਮੈਂ? ਵਿਗਾੜਨ ਨੂੰ ਤੂੰ ਕੀ ਕਰਿਆ ਓਏ? ਹੈ ਜਦੋਂ ਕਹੂੰ ਇਹਨੂੰ ਅਕਲ ਦੀ, ਇਹਨੂੰ ਅਕਲ ਦੀ, ਆਪਦੇ ਵਰਗੇ ਜਵਾਕ ਕਰ ਲੈ ਬੇ, ਤੈਂ ਕੀ ਕਰਿਆ? ਆ ਦੇਖ ਲੈ ਕਹੇ ਜੇ ਘਰੇ ਮੇਰੀ ਧੀ ਫਸਾਈ ਹੈਗੀ। ਮੇਰੀ ਗੱਲ ਸੁਣ ਲੈ, ਮੈਨੂੰ ਕੋਈ ਸੁਪਨਾ ਨਹੀਂ ਆਉਂਦਾ ਤੀਗਾ ਇਹ ਗੱਲ ਦਾ, ਹੈ ਚੰਗੇ ਨੂੰ ਕਰਿਆ ਤੀ ਉਸ ਘਰ ਚ। ਹਾਂ ਤਾਈ ਨਾ ਹੁਣ ਕਹਿੰਦੇ ਕੇਲੇ ਫਈਆਂ ਲੈ ਜਾਗੇ, ਕੇਲੇ ਫਈਆਂ ਨਹੀਂ ਬੇ, ਤੂੰ ਤਾਂ ਮਠਿਆਈ ਮਠੂਈ ਲੱਡੂ ਲੱਡੂ ਲੈ ਕੇ ਜਾਈ ਉਹਨੂੰ ਕੋਈ। ਲੱਡੂ ਤਾਂ ਫੇਰ ਲੈ ਕੇ ਜਾਵਾਂਗੇ, ਪਹਿਲਾਂ ਦੇਖ ਤਾਂ ਲਈਏ ਵੀ ਹੋ ਕੀ ਗਿਆ। ਨਾ ਫਿਰ ਤੂੰ ਕੇਲੇ ਫਈਆਂ ਤਾਂ ਹੁਣ ਲੈ ਜਾਂਦਾ, ਜਾਣਾ ਲੜਾਈ ਚ ਕਿ ਮੈਂ ਤਾਂ ਕੇਲੇ
गोलियां लेके जाओ, मैनू नहीं पता देख तेरे मुरे हाथ बने, मैनू तो मेरी धी का मुंह दिखा लिया, मैनू तो ना हुण दिन ते रात कटना औखा है। तेनू ए नहीं पता भी धी दे घरे खाली हाथ नहीं जाइंदा हुंदा, अगला अपनी कुड़ी नू लांबे देऊगा, तेरा पापा ही आ गया। मैं तो ना जाऊं तेरे, हुण जा सवेरे जा, पर मैनू नाल ले चली। हाय देख मेरी गल सुन ला फिर, जे हुण तू टिकदी नहीं हैगी है मशीनरी ते तो बैठा नहीं जाना फिर, आपां तो तन्ना तो कही जी तो तू पंगा बे लारी दे बग चली आउरो नहीं लग दी बार मूर दे अठारी, फिर अठारी ते चलांगे फिर है। हां आहो चल फिर तड़की देख जांगे, तड़की बग चलांगे आपां। चंगा पर मैनू तो हुण टाइम कढ़णा औखा होया पिया, पता नहीं किवें आउणी मेरी धी। चंगा हुण ड्रामे ना कर, तैनू तां ड्रामे ही लगणे सी, तू तां मां बन गया जमा पूरी नकलिया बनी फिरदी आ। हवा ही बलां चली आंदी आ, मसां अग वजा के आईए नी। चल वधिया कोई ना, हौली हौली बन जूगी, कुट पी लांगे, मेरे तो बड़ा ही सिर दुखी जांदा पुछना। नहीं फिर हुण की करिए, जां तां हुण जे ओही गल आ भैण ना आई हुंदी फिर भी घरे रह जांदी, ताप तां ना बंदे नूं भन्न दिंदागा। होर इन्ने हड्ड पैर दुखी जांदे ने पुछना, तां ही तां मैं रही नहीं घरे। होर इत्थी मैं कहा चल खेत चुग लांगे, हड्ड पक जी होई रहिंदी हुंदी। बहि गईआं, चाह धरी सी ओह ते दिंदी नहीं तुहानूं। अच्छा आ हवा वाली चली जांदी सी, तां ही मैं मूहरे ओह ना थाल जिहा लाया ई, मैं कहा चल माड़ी जी बन जूगी उबल जूगी, मैं भैन कोले बह गई, इक इहनूं खंघ जी होई पई सी, इहनूं तूं आ चढ़दा सीगा, मैं कहा चल साइड ते बह जांदी। ओह कहदा सीगा इहनूं कोई दवाई बूटी लै ला, वी डाक्टर तों कोई टीका टाका लवा लै, इह कहड़ा फिर गल मंनदी आ, फिर तूं कहेंगी तां सही। लै के कहेंगी तां जे कोई लै के जाओ फिर ही लवा के लिआओ टीका, हुण पिंड च जे असीं वगियां डाक्टर दे फिर गल्लां, फिर ओही गल है, तुसीं दवाई तां की दवाउणी सी, उत्थे डंग ही लाउणियां सीगियां, हरे पन्ने वाली गोली सी, इहने बेचारी ने रात लै ली, तड़के लै के आई है, होर दस फिर की करे, किहड़े खूह च डिग्गी है, ਘਰੋਂ ਤਾਂ ਆਕੇ ਅਕਾਏ ਆਉਣੇ ਆ, ਖੇਤੋਂ ਤਾਂ ਆਕੇ ਅਕਾਏ ਜਾਂਦੇ ਆ। ਮਾਂ ਬਾਹਰ ਤੱਕ ਤਾਂ ਨਿਕਲ ਨਹੀਂ ਦਿੰਦੀ ਹੈਗੀ, ਦੇਹਲੀਆਂ ਬਾਹਰ ਤਾਂ ਜਾਣ ਨਹੀਂ ਦਿੰਦੀ ਹੈਗੀ ਕੱਲੀਆਂ ਨੂੰ, ਅਸੀਂ ਕਿੱਥੇ ਦਵਾਈ ਲੈਣ ਵਗ ਜਾਂਦੇ ਆ। ਮੇਰੀ ਗੱਲ ਸੁਣ ਲੈ, ਮਾੜਾ ਮੋਟਾ ਨਾ ਸਿਆਣੇ ਬੰਦੇ ਦੀ ਗੱਲ ਝੱਲਣਾ ਸਿੱਖ ਜਾਓ ਤੁਸੀਂ, ਨਾ ਐ ਬੋਲਿਆ ਕਰੋ ਸਾਰਾ ਦਿਨ। ਅਸੀਂ ਮਾਂ ਨੂੰ ਕੁਛ ਨਹੀਂ ਕਹਿੰਦੇ, ਤੁਹਾਨੂੰ ਵੀ ਇਹ ਗੱਲ ਪਤਾ, ਦੇਖ ਤੜਕੇ ਬੀਬੀ ਨੇ ਮੇਰੇ ਹੱਥੋਂ ਤੁਹਾਡੇ ਸਾਹਮਣੇ ਘਿਓ ਵਾਲਾ ਕੌਲਾ ਫੜਿਆ ਗਾ, ਫਿਰ ਤੁਸੀਂ ਸਾਨੂੰ ਮਾੜੀਆਂ ਕਹਿ ਦਿੰਦੇ ਹੋ, ਅਸੀਂ ਕੋਈ ਐਂ ਨਹੀਂ ਕਹਿੰਦੇ ਵੀ ਬੀਬੀ ਦੇ ਤੁਸੀਂ ਡਾਂਗ ਚੱਕ ਕੇ ਮਾਰੋ, ਘੱਟੋ ਘੱਟ ਗਲਤ ਤੇ ਤਾਂ ਗਲਤ ਕਹਿ ਸਕਦਾ ਬੰਦਾ ਵੀ ਮਾਂ ਆਹ ਗੱਲ ਤੇਰੀ ਗਲਤ ਹੈਗੀ। ਉਹ ਚੱਲ ਕੋਈ ਗੱਲ ਨੀ, ਤੈਨੂੰ ਪਤਾ ਹੈ ਸਿਆਣੇ ਬੰਦੇ ਦੀ ਆਦਤ ਹੀ ਬਣ ਜਾਂਦੀ ਹੁੰਦੀ ਹੈ, ਉਹਨੂੰ ਟੋਕਾ ਟਾਕੀ ਕਰਨ ਦੀ ਆਦਤ ਹੈ, ਮਨ ਚ ਉਹਦੇ ਕੁਛ ਨੀ ਹੈਗਾ। ਓਏ ਹੁਣ ਮੇਰੀ ਗੱਲ ਸੁਣ, ਅਸੀਂ ਤੁਹਾਨੂੰ ਤਾਂ ਬੋਲ ਸਕਦੇ ਹਾਂ, ਮਾਂ ਨੂੰ ਕਿਵੇਂ ਅਸੀਂ ਗਾਲਾਂ ਦੇ ਦਈਏ, ਤੁਸੀਂ ਮੈਨੂੰ ਇਹ ਤਾਂ ਦੱਸੋ ਸਾਨੂੰ ਜੰਮਿਆ ਉਹਨੇ। ਬਾਈ ਅਸੀਂ ਗਾਲਾਂ ਦੇਣ ਨੂੰ ਨਹੀਂ ਕਹਿੰਦੇ, ਅਸੀਂ ਤਾਂ ਉਹ ਗੱਲ ਕਰਦੇ ਆਂਗੇ, ਫਿਰ ਹੁਣ ਮੇਰੀ ਗੱਲ ਸੁਣ, ਮਾਂ ਤਾਂ ਭਾਈ ਐਂ ਖੁਸ਼ ਹੁੰਦੀ ਹੈ ਵੀ ਜਦੋਂ ਆਥਣੇ ਆ ਗਈਆਂ ਚਾਰ ਚਾਰ ਮੋਹਰਾਂ ਚ ਡਾਂਗਾ ਲਾ ਦੋ, ਫਿਰ ਭਾਈ ਹੁਣ ਡਾਂਗਾ ਤਾਂ ਸਾਥੋਂ ਖਾਦੀਆਂ ਨਹੀਂ ਜਾਂਦੀਆਂ, ਸਾਰਾ ਦਿਨ ਧੰਦ ਪਿੱਟਦੀਆਂ ਇਸ ਘਰ ਦੇ। ਮੇਰੀ ਗੱਲ ਸੁਣ, ਫਿਰ ਉਹਦੀ ਗੱਲ ਸੁਣ ਕੇ ਅਸੀਂ ਕਦੇ ਤੁਹਾਡੇ ਨਾਲ ਲੜਾਈ ਪਾਈ ਹੈ, ਮੈਨੂੰ ਐਂ ਦੱਸ। ਲੜਾਈ ਪਾਈ ਵੀ ਭਾਈ ਕਿੱਦੇ ਨੀ, ਜੇ ਬਾਈ ਟਿਕ ਜੂਗਾ ਤੁਸੀਂ ਚੱਕ ਲਓਗੇ ਗੱਲ ਨੂੰ। ਉਹੀ ਤਾਂ ਗੱਲ ਹੈਗੀ, ਨਾਲੇ ਮਾਂ ਨੂੰ ਤਾਂ ਐਂ ਥੋੜੀ ਹੈ ਵੀ ਕੋਈ ਬਿਮਾਰ ਹੈ ਕੋਈ ਠਮਾਰ ਹੈ ਵੀ ਅੱਜ ਰਹਿਣ ਦੋ ਭਾਈ, ਨਾ ਉਹਨੂੰ ਤਾਂ ਕੰਮ ਹੀ ਪਿਆਰਾ ਹੈ, ਚੰਮ ਨਹੀਂ ਪਿਆਰਾ ਹੈਗਾ। ਨਾਲੇ ਬਾਈ ਮੇਰੀ ਗੱਲ ਸੁਣ, ਫਿਰ ਤੁਸੀਂ ਕਹਿ ਦਿੰਦੇ ਹੋ ਵੀ ਅਸੀਂ ਤੁਹਾਨੂੰ ਕੁਛ ਕਹਿਣੇ ਆ, ਚੱਲ ਬੀਬੀ ਨੇ ਤਾਂ ਇਹਨੂੰ ਨਹੀਂ ਕਿਹਾ ਵੀ ਕੋਈ ਦਵਾਈ ਬੂਟੀ ਲੈ ਲੈ, ਹਰੇ ਪੰਨੇ ਵਾਲੀਆਂ ਗੋਲੀਆਂ ਕੱਲੀਆਂ ਲਈ ਜਾਂਦੀ ਹੈ, ਡਾਕਟਰ ਤੋਂ ਪਿੰਡ ਵਾਲੇ ਤੋਂ ਦਵਾਈ ਤਾਂ ਲਿਆ ਕੇ ਦੇ ਸਕਦਾ ਸੀ। ਇਹਨੂੰ ਕਿਹਾ ਸੀਗਾ, ਇਹ ਤਾਂ ਆਕੜ ਦੇ ਮਰੀ, ਕਹਿੰਦੀ ਮੈਂ ਤਾਂ ਜਾਂਦੀ ਨਹੀਂ ਹੈਗੀ ਲੈਣੀ, ਇਹਨੂੰ ਤਾਂ ਆਕੜ ਹੈ ਭਾਈ, ਫਿਰ ਡੰਡੇ ਖਾ ਕੇ ਆਕੜ ਨਹੀਂ ਹੋ, ਜੇ ਤੇਰੇ ਕੋਈ ਆ ਕੇ ਡੰਡੇ ਲਾ ਦੇ ਨਾਲੇ ਤੂੰ ਨਹੀਂ ਆਕੜ ਰੱਖੇਗਾ। ਮੇਰੀ ਗੱਲ ਸੁਣ ਲੈ, ਆਹੀ ਛੋਟੀਆਂ ਛੋਟੀਆਂ ਗੱਲਾਂ ਆਪਣੇ ਘਰ 'ਚ ਫਰਕ ਪਾਈ ਜਾਂਦੀਆਂ ਨੇ, ਇਹਨੂੰ ਬਾਈ ਨੂੰ ਵੀ ਮੈਂ ਕਿਹਾ ਸੀਗਾ ਵੀ ਦਵਾਈ ਦਵਾ ਲਈ, ਇਹੀ ਨਹੀਂ ਮੇਰੀ ਗੱਲ ਸੁਣਦਾ ਹੁੰਦਾ, ਫਿਰ ਉਹੀ ਗੱਲ ਆ ਜਾਂਦੀ ਆ, ਲੈ ਉਹੀ ਗੱਲ ਦੇਤਾ ਨਾ ਲਾਂਭਾ ਉਹਨੇ। ਮੈਂ ਤਾਂ ਕੋਈ ਨਾ ਦਵਾਈ ਦਾ ਦਵਾ ਲਿਆਵਾਂਗੇ ਯਾਰ, ਰਹੀ ਗੱਲ ਬੀਬੀ ਦੀ, ਓਏ ਵੱਡੀ ਉਮਰ ਦੀ ਆ, ਉਹਨੇ ਕੰਮ ਕਰੇ ਹੋਇਆ, ਜਦੋਂ ਕੰਮ ਉਹਦੇ ਹਿਸਾਬ ਨਾਲ ਨਹੀਂ ਹੁੰਦਾ ਫੇਰ ਬੋਲਦੀ ਆ ਯਾਰ। ਉਹ ਤਾਂ ਹੀ ਤਾਂ ਸਮਝਾਈ ਜਾਂਦੇ ਆ ਬਈ ਇਹਨਾਂ ਨੂੰ ਵੀ ਉਹ ਨਹੀਂ ਬਦਲਦੀ ਤੁਸੀਂ ਬਦਲ ਜਾਓ। ਅਸੀਂ ਤਾਂ ਬਦਲ ਜਾਂਗੇ ਆ, ਫੇਰ ਹੀ ਬਦਲਿਆ ਜਾਂਦਾ ਹੁੰਦਾ, ਜੇ ਕੋਈ ਬੰਦਾ ਆਪਦਾ ਆਪਦਾ ਸਾਥ ਦੇਵੇ ਤਾਂ ਬਦਲਿਆ ਜਾਂਦਾ ਹੁੰਦਾ, ਜਦੋਂ ਬੰਦੇ ਵੀ ਸਾਨੂੰ ਚਾਰੇ ਪੈਰ ਚੱਕ ਕੇ ਪੈਂਦੇ ਨੇ, ਫੇਰ ਉਹ ਬੀਬੀ ਵਾਲੇ ਲਾਂਭੇ, ਅਸੀਂ ਹੋਰ ਦੱਸ ਕਿਹਦੇ ਕੋਲੇ ਰੋਈਏ ਜਾ ਕੇ, ਪੇਕਿਆਂ ਨੂੰ ਅਸੀਂ ਨਹੀਂ ਦੱਸ ਸਕਦੇ, ਜੇ ਪੇਕਿਆਂ ਨੂੰ ਮਾੜੀਆਂ ਮਾੜੀਆਂ ਗੱਲਾਂ ਦੱਸਣ ਲਾਗੀਆਂ ਤਾਂ ਘੰਟਾ ਪੇਕਿਆਂ ਨੇ ਸਾਡਿਆਂ ਨੇ ਉਰੇ ਰਹਿਣ ਦੇਣਾ, ਅਸੀਂ ਕਿਹੜਾ ਭਾਈ ਵੇਚੀਆਂ ਵਿਆਹ ਕੇ ਤੋਰੀਆਂ ਸਾਡੇ ਮਾਂ ਪਿਓ ਨੇ ਆਖਰ। ਉਹਦਾ ਗੱਲ ਸਮਝਦੇ ਆ, ਹੁਣ 5 ਸਾਲ ਆ ਪਤਾ ਨਹੀਂ 10 ਸਾਲ ਆ, ਹੈ ਅੱਖਾਂ ਮੀਚ ਜੀ, ਉਦੋਂ ਬਾਅਦ ਸਾਰਾ ਕੁਝ ਤਾਂ ਤੁਹਾਡੇ ਹੱਥ 'ਚ ਆ ਜਾਣਾ, ਉਹਨਾਂ ਚਿਰ ਚੁੱਪ ਕਰ ਜਾਓ ਫਿਰ ਹੋਰ ਕੀ ਆ।
जवाकां भज भज पैंदी मैं तड़के थोनू ही क्यों पाउंदी सी फिर भी चमचा हाथ चो फड़ लिया कदे असी आए ना मां दी आग्या तो बिना कोई काम नहीं कीता हैगा पर पता नहीं क्यों भाई असी बुरे लगदे तू देख लै फिर ਤੈਨੂੰ ਆਪ ਹੀ ਪਤਾ ਹੋਣਾ ਚਾਹੀਦਾ ਜਦੋਂ ਮੈਨੂੰ ਘਿਓ ਪਾਉਣ ਚ ਉਹਨੂੰ ਇਹੋ ਜਿਹੀ ਗੱਲ ਹੋ ਗਈ ਠੀਕ ਹੈ ਤੇ ਤੂੰ ਆਪ ਸੋਚ ਲੈ ਫਿਰ ਦੂਜੇ ਨੂੰ ਤਾਂ ਉਹ ਕੀ ਜ਼ਰੂਰੀ ਬਈ ਅਸੀਂ ਤਾਂ ਨਾ ਦੁੱਧ ਨਾ ਕਿ ਉਸ ਦਾ ਹੱਥ ਹੀ ਨਹੀਂ ਲਾਉਂਦੇ ਪੀਂਦੇ ਵੀ ਨਹੀਂ ਹੈਗੇ ਜਿਹੜੀ ਤੜਕੇ ਚਾਹ ਪੀ ਆਉਂਦੇ ਠੀਕ ਹੈ ਤੇਰੇ ਸਾਹਮਣੇ ਉਰੇ ਆ ਕੇ ਬਣਾ ਕੇ ਪੀ ਲੈਨੇ ਆ ਵਧੀਆ ਵੀ ਲੱਗਦਾ ਵੀ ਘਰ ਚ ਬੰਦਾ ਮਖਤਿਆਰੀ ਰੱਖੇ ਮਖਤਿਆਰੀ ਵੀ ਢੰਗ ਨਾਲ ਚਾਹੀਦੀ ਹੁੰਦੀ ਆ ਅਸੀਂ ਕਦੋਂ ਕਹਿਣੇ ਆ ਵੀ ਅਸੀਂ ਘਿਓ ਖਾ ਖਾ ਮਾਲ ਟਾਉਣੇ ਨੇ ਨਾਲੇ ਮੇਰੀ ਗੱਲ ਸੁਣ ਆਹ ਡੇਢ ਕ ਕਿਆਰਾ ਰਹਿ ਗਿਆ ਹਨਾ ਅਸਾਂ ਨਿਬੜ ਜੂ ਛੇਤੀ ਮਾਇਆ ਕਹਿੰਦੀ ਸੀ ਫਿਰ ਆਪਣੇ ਚਗਾਵੀਆਂ ਬਥੇਰ ਗਣ ਜੇ ਚਾਹ ਜੀ ਬਣਾ ਕੇ ਅਸੀਂ ਬਾਗ ਜੀਏ ਤੇ ਫਿਰ ਤੁਸੀਂ ਤੋਲ ਲਿਆਓ ਨਰਮਾ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ ਜਾਣਾ ਘਰੇ ਬਗ ਜਿਓ ਨਾਲੇ ਦਵਾਈ ਬੂਟੀ ਲੈ ਲੂ ਇਹ ਹੋਰ ਨਾਲੇ ਤਾਂ ਇਹ ਘੰਟਾ ਘੜੀ ਉਹੀ ਗੱਲ ਆਰਾਮ ਕਰ ਲੂਗੀ ਤੇ ਨਾਲੇ ਕੱਪੜੇ ਵਾਲੇ ਪਏ ਮੈਂ ਕੱਪੜੇ ਧੋ ਲੂ ਕਈ ਦਿਨ ਹੋ ਗਏ ਕੱਪੜੇ ਧੋਏ ਕਰ ਲਿਓ ਅਸੀਂ ਆਪ ਹੀ ਆ ਜਾਾਂਗੇ ਨਰਮਾ ਨਰਮਾ ਤੋਲ ਕੇ ਰਾਜ ਨਾ ਮੇਰੀ ਗੱਲ ਸੁਣ ਯਾਰ ਹਾਂ ਹਾਂ ਜੇ ਮੈਂ ਬੀਬੀ ਨੂੰ ਕਿਹਾ ਮੇਰਾ ਹੈਗਾ ਗੁੱਸਾ ਵੱਧ ਜਾਂਦਾ ਫਿਰ ਤੂੰ ਮੜਾ ਇਹ ਬੀਬੀ ਨੂੰ ਸਮਝਾ ਦੀ ਉਹ ਕਹਿ ਕਿਉਂ ਜੋੜ ਜੋੜ ਤੂੰ ਕੀ ਕਰਨਾ ਹੈ ਜਿੱਦੇ ਤੂੰ ਮਰੇਂਗੇ ਉੱਧਰ ਲਾ ਦੇਾਂਗੇ ਚਮਚਾ ਤੇਰੇ ਕਿਉਂ ਨੂੰ ਮੂੰਹ ਨੂੰ ਯਾਰ ਬਸ ਕਾਹਨੂੰ ਤੁਸੀਂ ਇਹੋ ਜੀਆਂ ਗੱਲਾਂ ਨਾ ਕਰਿਆ ਕੋਈ ਗੱਲ ਨਹੀਂ ਤੈਨੂੰ ਪਤਾ ਉਹੀ ਤਾਂ ਆਤੀ ਹੈਗੀ ਆਪ ਹੀ ਪਾਸਾ ਵੱਟ ਕੇ ਲੰਘ ਜਾ ਕਰੋ ਬਸ ਚੁੱਪ ਰਿਹਾ ਕਰੋ ਅੱਜ ਦੇਖ ਲੈ ਅੱਜ ਦੋਨੇ ਜਣੀਆਂ ਮਾਵਾਂ ਧੀਆਂ ਉੱਥੇ ਬੈਠੀਆਂ ਸੀ ਆਪਣੀ ਕੁੜੀ ਤੇ ਬੀਬੀ ਹਾਂ ਉਹ ਕਰੀ ਜਾਂਦੀ ਮੈਂ ਝੋਟੀ ਲੈ ਕੇ ਜਾਣੀ ਆ ਐ ਕਰਨ ਇਹ ਆਪਣੇ ਵਾਲੀ ਕੁੜੀ ਵੀ ਉਂਗਲਾਂ ਲਾ ਕੇ ਜਾਂਦੀ ਐ ਇਹਨੂੰ ਉਹ ਤੈਨੂੰ ਪਤਾ ਤਾਂ ਹੈਗਾ ਫਿਰ ਤਾਂ ਹੀ ਤਾਂ ਇਹਨਾਂ ਨੂੰ ਸਮਝਾਈ ਜਾਂਦਾ ਮੈਂ ਓਏ ਹੋਰ ਫਿਰ ਯਾਰ ਸਾਰਾ ਦਿਨ ਤੁੰਨਾਂ ਨੂੰ ਨਹੀਂ ਹਟਦੇ ਹੈਗੇ ਪਰ ਬੰਦੇ ਦਾ ਤੈਨੂੰ ਪਤਾ ਗੁੱਸਾ ਵੱਧ ਜਾਂਦਾ ਫਿਰ ਤਾਂ ਹੀ ਉਹਦੇ ਮੱਥੋਂ ਉਹਦੇ ਚਪੇੜਾ ਵੱਜ ਗਿਆ ਯਾਰ ਆਹੋ ਚਲ ਕੋਈ ਨਹੀਂ ਬਾਈ ਚਪੇੜਾ ਵੱਜ ਗਿਆ ਕਿ ਉਹੀ ਗੱਲ ਐ ਤੀਵੀਂ ਦਾ ਤਾਂ ਕੋਈ ਕਰ ਨਹੀਂ ਪਹਿਲਾਂ ਪੇਕਿਆਂ ਦੇ ਉਹੀ ਗੱਲ ਐ ਤੰਦ ਪੇਟਦੀਆਂ ਰਹਿੰਦੀਆਂ ਫਿਰ ਸੌਹਰਿਆਂ ਦੇ ਆਕੇ ਦੋ ਦੋ ਘਰ ਹੁੰਦਿਆਂ ਵੀ ਇੱਕ ਨੂੰ ਨਹੀਂ ਕਹਿ ਸਕਦੀਆਂ ਆਪਦਾ ਕਿਸਮਤੀ ਮਾੜੀ ਹੁੰਦੀ ਐ ਕੋਈ ਨਹੀਂ ਤੂੰ ਫਿਕਰ ਨਾ ਕਰਿਆ ਕਰ ਆਪਣੇ ਘਰ ਚ ਪਿਆਰ ਬਥੇਰਾ ਲੋਕਾਂ ਦੇ ਜਲੂਸ ਨਿਕਲਦਾ ਰਹਿੰਦਾ ਆਪਣੇ ਦਾ ਚੱਲ ਬੀਬੀ ਕਰਦੀ ਰਹਿੰਦੀ ਐ ਮਾੜੀਆਂ ਮੋਟੀਆਂ ਗੱਲਾਂ ਬਾਪੂ ਤਾਂ ਨਹੀਂ ਕਹਿੰਦਾ ਕਿਸੇ ਨੂੰ ਕੁਛ ਕੋਈ ਬਾਪੂ ਕਰ ਕੀ ਇਹ ਕਰ ਬਸੇ ਪਏ ਨੇ ਜੇ ਬਾਪੂ ਚੰਗਾ ਨਾ ਹੁੰਦਾ ਅੱਜ ਨੂੰ ਤੁਸੀਂ ਤਾਂ ਫਿਰ ਛੜੇ ਮਲਾਂਗੀ ਰਹਿੰਦੇ ਉਹ ਚੱਲ ਚੰਗਾ ਭਾਈ ਤੁਸੀਂ ਬਾਲੀ ਜਬਾ ਨਾ ਮਾਰੋ ਤੁਸੀਂ ਐ ਕਰੋ ਜਾਓ ਆਦਾ ਘਰੇ ਬਗ ਜੋ ਅਸੀਂ ਆਪ ਹੀ ਪੈ ਦਾਂਗੇ ਚਾਹ ਵੀ ਚੱਲ ਹੀ ਚਾਹ ਉਬਲ ਗਈ ਹੁ ਲੈ ਮੈਂ ਪਾ ਕੇ ਦੇ ਦਾਂ ਉਹਨਾਂ ਨੂੰ ਚਾਹ ਪੀ ਲੋ ਫਿਰ ਚੱਲ ਦਾਂਗਾ ਅਸੀਂ ਵੀ ਜਾਣੇ ਆ ਕੱਪੜੇ ਲੀੜੇ ਧੋ ਲਾਂਗੀ ਠੀਕ ਆ ਬਗ ਜੋ ਆਹੋ ਫਿਰ ਉਹ ਚੱਲ ਤੈਨੂੰ ਹੱਥ ਨੇ ਲਿਆ ਤੂੰ ਚੰਗਾ ਦਵਾਈ ਮੈਂ ਕੋਈ ਨਾ ਲਿਆ ਦੋਂਗੇ ਤਾਂ ਵੀ ਠੀਕ ਆ ਹੁਣ ਤਾਂ ਮੈਨੂੰ ਫਰਕ ਹੈ ਉਹ ਨਾਲੇ ਬੜਾ ਗੁੱਸਾ ਨਹੀਂ ਕਰੀਦਾ ਹੁੰਦਾ ਆਇਆ ਤਾਂ ਫਿਰ ਮਾੜਾ ਮੋਟਾ ਚੱਲਦੇ ਹੁੰਦਾ ਨਾਲੇ ਉੱਥੇ ਹੀ ਪਾ ਚਾਰ ਭਾਂਡੇ ਖੜਕਦਾ ਜਿੱਥੇ ਪਿਆਰ ਹੋਵੇ ਆਹੋ ਇਹ ਕੁੱਟਣ ਚ ਕਾਦਾ ਪਿਆਰ ਹੈਗਾ ਮੁੜ ਕੇ ਬੰਦੇ ਨੂੰ ਪੁੱਛਣਾ ਵੀ ਨਹੀਂ ਹੈਗਾ ਉਹ ਚੱਲ ਚੰਗਾ ਫਿਰ ਹੁਣ ਮੰਨ ਵੀ ਜਾ ਦੋ ਦਿਨ ਹੋ ਗਏ ਮੂੰਹ ਮੋਟਾ ਕਰੇ ਨੂੰ ਹੋਰ ਭਾਬੀ ਹੁਣ ਤਾਂ ਬਾਈ ਪਿਆਰ ਨਾਲ ਬੁਲਾਈ ਜਾਂਦਾ ਹੈ ਫਿਰ ਤੁਸੀਂ ਵੀ ਗੁੱਸਾ ਛੱਡ ਦਿਆ ਕਰੋ ਬਾਈ ਮੈਂ ਤਾਂ ਕੁਛ ਨਹੀਂ ਕਹਿੰਦੀ ਹੈਗੀ ਮੈਂ ਤਾਂ ਚੰਗਾ ਕੱਪੜਾ ਲੀੜਾ ਧੋ ਕੇ ਦੇ ਦਿੰਦੀ ਹਾਂ ਰੋਟੀ ਮੈਂ ਕਦੋਂ ਨਹੀਂ ਬੁਲਾਉਂਦੀ ਹੈਗੀ ਇਹਨੂੰ ਬਸ ਫਿਰ ਮਨ ਚ ਗੁੱਸਾ ਤਾਂ ਹੁੰਦਾ ਹੀ ਹੈ ਵੀ ਕੀ ਗੱਲ ਫਿਰ ਮੈਨੂੰ ਵੀ ਇਹ ਕਹੀ ਜਾਂਦਾ ਰਹਿੰਦਾ ਹੈਗਾ ਕੋਈ ਨਹੀਂ ਬਾਈ ਅੱਜ ਮੈਂ ਤੋਂ ਵੱਜ ਗਿਆ ਮੈਂ ਐਵੇਂ ਹੀ ਲੜ ਪਿਆ ਇੱਥੇ ਫਿਰ ਐਵੇਂ ਮਾਫੀਆਂ ਮੰਗੀ ਜਾਂਦਾ ਰਹਿੰਦਾ ਇਹ ਬਾਈ ਜੇ ਤਾਂ ਕੋਈ ਤੀਵੀਂ ਦੀ ਗਲਤੀ ਹੋਵੇ ਫਿਰ ਤਾਂ ਬੰਦਾ ਕੁੱਟਦਾ ਵੀ ਚੰਗਾ ਲੱਗਦਾ ਐ ਥੋੜੀ ਤੀਜੇ ਦਿਨ ਮਾਂ ਮਗਰ ਲੱਗ ਕੇ ਕੁੱਟਣ ਲੱਗ ਜੋ ਚੱਲ ਕੋਈ ਨਹੀਂ ਕਦੇ ਉਹੀ ਬਲੱਡ ਵੱਜ ਜਾਂਦਾ ਹੈਗਾ ਦਿਲ ਚ ਤਾਂ ਇਹਦੇ ਵੀ ਕੁਝ ਨਹੀਂ ਹੈਗਾ ਹੋਰ ਇੱਕ ਦਾ ਕੰਮ ਤੋਂ ਥੱਕੇ ਗਏ ਹੁੰਨੇ ਆ ਯਾਰ ਇੱਕ ਮੂਰਨ ਜਾਇਦੇ ਝੱਜੂ ਪਿਆ ਦੇਖ ਲੈਨੇ ਆ ਫਿਰ ਬੰਦੇ ਦਾ ਉਹੀ ਗੁੱਸਾ ਵੱਧ ਜਾਂਦਾ ਹੋਰ ਕੀ ਕਰ ਗਿਆ ਪਤਾ ਆਪ ਦੋਨੇ ਪਾਸੇ ਫਸੇ ਆ ਓਏ ਹੋਰ ਯਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਜਿਹੜੇ ਦੋਸਤਾਂ ਨੇ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਦਿੱਤੀ ਬੈਲ ਦੀ ਨਿਸ਼ਾਨੀ ਜਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ।